ਤੇ 26 27 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਕੀ ਉਹਨਾਂ ਦਾ ਵਚਨ ਛੋਟਾ ਹੋ ਜਾਵੇ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਾਤਾ ਗੁਰੂ ਪਿਤਾ ਦਾ ਵਚਨ ਕਦੇ ਛੋਟਾ ਨਹੀਂ ਹੋ ਸਕਦਾ ਨਾ ਉਹ ਕਦੇ ਟਲ ਸਕਦਾ ਚੰਦ ਵਿਨਾਸੀ ਸੂਰ ਵਿਨਾਸੀ ਰਫਸਸ ਦੀ ਦੇ ਨਾ ਤੱਕ ਇਹ ਸਾਰੇ ਨਾਸ ਹੋ ਸਕਦੇ ਹਨ ਇੱਕ ਸਾਧ ਵਚਨ ਅਟਲਾਦਾ ਜਿਹੜਾ ਸਾਧੂ ਵਚਨ ਬੋਲਦਾ ਉਹ ਅਟਲ ਹੁੰਦਾ ਹੈ ਅਤੇ ਸਾਧੂਆਂ ਨੂੰ ਸ਼ਰਮ ਦੇਣ ਵਾਲਾ ਗੁਰੂ ਦਾ ਵਚਨ ਕਿਵੇਂ ਟਲ ਸਕਦਾ ਜਿਹਨੂੰ ਨਮਸਕਾਰ ਕਰਕੇ ਲੱਖਾਂ ਕਰੋੜਾਂ ਸਾਧੂ ਬਣਦੇ ਨੇ ਉਹਦਾ ਵਚਨ ਕਿਵੇਂ ਟਲ ਜਾਂਦਾ ਅਤੇ ਪੁੱਤਰ ਫਿਰ ਕਦੋਂ ਸਮਾਂ ਆਵੇਗਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਾਤਾ ਤਿਆਰੀ ਕਰੋ ਪਹਿਲਾ ਅਖੰਡ ਪਾਠ ਸਾਹਿਬ ਹੈ ਜਿਹੜਾ ਸਿੱਖ ਪੰਥ ਦੇ ਵਿੱਚ ਅਲਾਹਾਬਾਦ ਤੋਂ ਸ਼ੁਰੂ ਹੁੰਦਾ ਉੱਥੇ ਜਿਹੜਾ ਗ੍ਰੰਥ ਹੈ ਜਿਹੜਾ ਭਾਈ ਬੰਨੋ ਵਾਲੀ ਬੀੜ ਸੀ ਉਸ ਬੀੜ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੈ ਅਖੰਡ ਪਾਠ ਉਹ ਪ੍ਰਾਰੰਭ ਹੋਇਆ ਜਿਹੜੇ ਪਾਠੀ ਸਨ ਭਾਈ ਮਤੀਦਾਸ ਜਿਹੜੇ ਸ਼ਹੀਦ ਹੋਏ ਭਾਈ ਸਤੀਦਾਸ ਭਾਈ ਦਿਆਲਾ ਜੀ ਬਾਬਾ ਗੁਰਬਖਸ਼ ਸਿੰਘ ਜੀ ਇਹ ਮਸੰਦ ਸਨ ਜਿਹੜੇ ਪਜੋਖਰੇ ਸਾਹਿਬ ਦੇ ਉਹ ਅਤੇ ਇੱਕ ਬਾਬਾ ਬੁੱਢਾ ਜੀ ਦੀ ਬਖਸ਼ ਤੋਂ ਭਾਈ ਗੁਰਦਿੱਤਾ ਜੀ ਇਹ ਪੰਜ ਗੁਰੂ ਦੇ ਪਿਆਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਤੋਂ ਅਖੰਡ ਪਾਠ ਕੀਤਾ ਇਹ ਪਹਿਲਾ ਅਖੰਡ ਪਾਠ ਹੈ ਪੰਥ ਦੇ ਵਿੱਚ ਅਤੇ ਉਸ ਪਾਠ ਨੂੰ ਜਿੱਥੇ ਗੁਰਦੁਆਰਾ ਬੜੀ ਸੰਗਤ ਹੈ ਕਰਕੇ ਪ੍ਰਸਿੱਧ ਉਹ ਅਲਾਹਾਬਾਦ ਦੇ ਵਿੱਚ ਤ੍ਰਿਵੇਣੀ 'ਤੇ ਅਤੇ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਪਾਠ ਇੱਕ ਸਮਾਧੀ ਦੇ ਵਿੱਚ ਬੈਠ ਕੇ ਸੁਣਿਆ ਦੇਖੋ ਗੁਰੂ ਮਹਾਰਾਜ ਨੇ ਅਖੰਡ ਪਾਠ ਦੀ ਮਰਿਆਦਾ ਸਾਨੂੰ ਸਮਝਾਈ ਵੀ ਜਿਹੜਾ ਅਖੰਡ ਪਾਠ ਕੀਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਮਹਾਂਬਲੀ ਗੁਰੂ ਦਾ ਪ੍ਰਕਾਸ਼ ਹੋਇਆ ਉਹਨਾਂ ਖਾਤਰ ਅਰਦਾਸ ਹੋਈ ਸੀ ਉਹਨਾਂ ਖਾਤਰ ਅਖੰਡ ਪਾਠ ਦੀ ਅਰਦਾਸ ਹੋਈ ਵੀ ਸਾਡੇ ਘਰ ਦੇ ਵਿੱਚ ਮਹਾਰਾਜ ਪ੍ਰਕਾਸ਼ ਹੋਵੋ ਜਨਮ ਲਵੋ ਆ ਕੇ ਅਤੇ ਧਰਤੀ ਨੂੰ ਤਾਰੋ ਅਤੇ ਅਰਦਾਸ ਪੂਰਨ ਹੋਈ ਤਾਤ ਮਾਤਮ ਅਲਖ ਅਰਾਧਾ ਬਹੁਤ ਯੋਗ ਜਾਦਨਾ ਸਾਧਨਾ ਸਾਧਾ ਸੋ ਤਾਤੇ ਪਏ ਪ੍ਰਸੰਨ ਗੁਰੂ ਦੇਵਾ ਮਹਾਰਾਜ ਪ੍ਰਸੰਨ ਹੋਏ ਅਤੇ ਸਾਨੂੰ ਹੁਕਮ ਹੋ ਗਿਆ ਧਰਤੀ ਦੇ ਉੱਤੇ ਪ੍ਰਕਾਸ਼ ਕਰ ਲੈਣ ਦੇ ਲਈ ਸੋ ਅੱਜ ਦਾ ਸਮਾਂ ਆਪਾਂ ਇਹ ਯਾਦ ਕਰਕੇ ਰੱਖੀਏ ਵੀ ਗੁਰੂ ਸਾਹਿਬਾਨ ਨੇ ਸਾਨੂੰ ਸਿੱਖਿਆ ਦਿੱਤੀ ਹੈ ਜੇ ਕਿਸੇ ਚੀਜ਼ ਖਾਤਰ ਅਰਦਾਸ ਕਰਨੀ ਹੈ ਤਾਂ ਗੁਰੂ ਦੇ ਚਰਨਾਂ ਦੇ ਵਿੱਚ ਆਪ ਹੱਥੀਂ ਮਾਤਾ ਗੁਜਰੀ ਅਤੇ ਮਾਤਾ ਨਾਨਕੀ ਜੀ ਨੇ ਲੰਗਰ ਤਿਆਰ ਕੀਤਾ ਸਿੰਘਾਂ ਦੀ ਸੇਵਾ ਕਰਦੇ ਰਹੇ ਗੁਰੂ ਤੇਗ ਬਹਾਦਰ ਮਹਾਰਾਜ ਆਪ ਜਿੰਨਾ ਚਿਰ ਪਾਠ ਹੁੰਦਾ ਰਿਹਾ ਕੋਲ ਬੈਠ ਕੇ ਸਾਰੇ ਦਾ ਸਾਰਾ ਪਾਠ ਇੱਕ ਸਮਾਧੀ ਦੇ ਵਿੱਚ ਮੌਜੂਦ ਹੋਏ ਸੋਹਣਿਆ ਅਤੇ ਉੱਥੇ ਹੀ ਵਚਨ ਜਿਹੜਾ ਬਚਿੱਤਰ ਨਾਟਕ ਦੇ ਵਿੱਚ ਮਹਾਰਾਜ ਨੇ ਲਿਖਿਆ ਤਾਂ ਪ੍ਰਕਾਸ਼ ਹਮਾਰਾ ਪਏ ਮਾਤਾ ਦੇ ਉਦਰ ਦੇ ਵਿੱਚ ਸਾਨੂੰ ਹੁਕਮ ਹੋਇਆ ਉੱਥੋਂ ਹੀ ਅਸੀਂ ਚਲੇ ਗਏ ਅਤੇ ਜਦੋਂ ਉੱਥੋਂ ਅੱਗੇ ਗਏ ਹਨ ਮਹਾਰਾਜ ਆਸਾਮ ਦੇ ਵਿੱਚ ਸਨ ਕਾਮਰੂਪ ਦੇਸ਼ ਜੀ ਇਸ ਨੂੰ ਕਿਹਾ ਉਸ ਦੇਸ਼ ਦੇ ਵਿੱਚ ਸਨ ਉੱਥੋਂ ਜਦੋਂ ਪ੍ਰਕਾਸ਼ ਹੋਇਆ ਮਹਾਰਾਜ ਦਾ ਰਾਤ ਦਾ ਸਵਾ ਪਹਿਰ ਬਾਕੀ ਸੀ ਜਦੋਂ ਕਲਗੀ ਧਰ ਮਹਾਰਾਜ ਦਾ ਪ੍ਰਕਾਸ਼ ਹੈ ਜਿਹੜਾ 22 ਦਸੰਬਰ 1666 ਨੂੰ ਹੋਇਆ ਪਹਿਰ ਰਾਤ ਬਾਕੀ ਸੀ ਅਜੇ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਸਾਰੀ ਰਾਤ ਪਾਠ ਕਰਦੇ ਰਹੇ ਜਾਗਦੇ ਬੈਠੇ ਰਹੇ ਨੌਵੇਂ ਸਤਿਗੁਰੂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਗੰਭੀਰ ਰਹੇ ਬਹੁਤ ਘੱਟ ਹੱਸੇ ਨੇ ਆਪ ਜੀ ਇਹਨਾਂ ਦੀ ਬਾਣੀ ਪੜ੍ਹੋ ਪਿਆਰ ਵੈਰਾਗ ਅਤੇ ਸਿਮਰਨ ਇਹ ਦਾਨ ਪ੍ਰਾਪਤ ਹੁੰਦਾ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਨੂੰ ਸਰਵਣ ਕਰਦਾ ਹੈ ਪਿਆਰ ਵੈਰਾਗ ਅਤੇ ਸਿਮਰਨ ਇਸੇ ਕਰਕੇ ਜਿਹੜੇ ਅਖੀਰ ਦੇ ਵਿੱਚ ਸਲੋਕ ਹਨ ਨੌਵੇਂ ਮਹਿਲ ਦੇ ਉਹ ਸਾਰੇ ਹੀ ਅਖੀਰ ਦੇ ਵਿੱਚ ਰੱਖੇ ਹੋਏ ਵੀ ਕਿਸੇ ਨੂੰ ਨਾ ਮੌਕਾ ਮਿਲੇ ਸੁਣਨ ਦਾ ਤਾਂ ਜੇ ਕਿਤੇ ਆ ਕੇ ਉਹ ਨੌਵੇਂ ਮਹੱਲੇ ਦੇ ਸਲੋਕ ਸੁਣ ਲਵੇ ਉਹਦੀ ਜ਼ਿੰਦਗੀ ਵਿੱਚ ਸਿਮਰਨ ਚੱਲ ਪਵੇਗਾ ਉਹਦੀ ਜ਼ਿੰਦਗੀ ਵਿੱਚ ਤਿਆਗ ਆ ਜਾਵੇਗਾ ਉਹਦੀ ਜ਼ਿੰਦਗੀ ਵਿੱਚ ਵੈਰਾਗ ਆ ਜਾਵੇਗਾ ਵਾਹਿਗੁਰੂ ਦੀ ਪ੍ਰਾਪਤੀ ਲਈ ਇਸੇ ਕਰਕੇ ਸਾਡਾ ਇਹ ਦੁਖਾਂਤ ਹੈ ਜਿੰਨਾ ਚਿਰ ਮੈਨੂੰ ਇੱਥੇ ਸੇਵਾ ਮਿਲ ਰਹੀ ਹੈ ਮੈਂ ਪਰਿਵਾਰ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਰਿਹਾ ਕਿ ਭਾਈ ਜਦ ਅਖੰਡ ਪਾਠ ਹੁੰਦਾ ਸਾਰਾ ਪਰਿਵਾਰ ਅਰਦਾਸ ਵੇਲੇ ਹਾਜ਼ਰ ਹੋਵੋ ਜਦੋਂ ਸੰਪੂਰਨਤਾ ਬਣੀ ਹੈ ਸਾਰਾ ਪਰਿਵਾਰ ਅਖੀਰ ਵੇਲੇ ਹਾਜ਼ਰ ਹੋਵੋ ਅਤੇ ਜਿੰਨਾ ਚਿਰ ਮਹਾਰਾਜ ਦਾ ਪ੍ਰਕਾਸ਼ ਚੱਲਦਾ ਉੱਥੇ ਇਕੱਲਾ ਪਾਠੀ ਨਹੀਂ ਚਾਹੀਦਾ ਪਰਿਵਾਰ ਦੇ ਘੱਟੋ ਘੱਟ 2 ਬੰਦੇ ਜਾਂ ਘੱਟੋ ਘੱਟ 1 ਬੰਦਾ ਪਹਿਰੇ ਦੇ ਹਮੇਸ਼ਾ ਪਰਿਵਾਰ ਵਾਲੇ ਬੇਨਤੀ ਮੰਗਦੇ
ਸੋ ਜੇ ਆਪਾਂ ਇਹ ਗੱਲਾਂ ਨਹੀਂ ਕਰਦੇ ਨੇ ਹੁਣ ਤਾਂ ਐਡਾ ਦੁਖਾਂ ਸਾਡਾ ਵਾਪਰ ਗਿਆ ਵੀ ਕੀਰਤਨ ਤਾਂ ਥੱਲੇ ਜਮੀਨ ਬੈਠੇ ਅਖਬਾਰ ਪੜ੍ਹ ਦਿੱਤੀ ਹੈ ਗੁਰਦੁਆਰੇ ਆਪਾਂ ਅਖਬਾਰ ਪੜ੍ਹ ਲਾਉਂਦੇ ਇਹਦੇ ਵਿੱਚ ਤਾਂ ਮਨ ਦੇ ਵਿੱਚ ਤਾਂ ਅੱਗੇ ਬਹੁਤ ਕੁਛ ਭਰਿਆ ਪਿਆ ਇਹਨੂੰ ਕੱਢਣ ਖਾਤਰ ਮਨ ਦੇ ਵਿੱਚੋਂ ਆਪਾਂ ਇੱਥੇ ਆਉਂਦੇ ਹਾਂ ਵੀ ਇਹ ਜਿਹੜਾ ਗੰਧੜਾਪਣ ਜਿਹੜੇ ਗੰਧੜੇ ਬੋਲ ਗੰਧੜੇ ਅੱਖਰ ਮਨ ਦੇ ਵਿੱਚ ਬੜੇ ਹੋਏ ਨੇ ਉਹ ਕੀਰਤਨ ਸੁਣ ਕੇ ਨਿਕਲ ਜਾਣ ਇਹਨਾਂ ਨੂੰ ਆਪਾਂ ਹੋਰ ਭਰਦੇ ਹਾਂ ਸੋ ਗੁਰੂ ਦੇ ਦਰਬਾਰ ਦੇ ਵਿੱਚ ਆ ਕੇ ਵੱਧ ਤੋਂ ਵੱਧ ਇੱਥੇ ਕੀਰਤਨ ਸੁਣਨਾ ਕਥਾ ਸੁਣਨੀ ਹੈ ਸ਼ਬਦ ਸੁਣਨਾ ਮਹਾਰਾਜ ਦੀ ਬਾਣੀ ਸੁਣਨੀ ਹੈ ਸੋ ਸਾਰੀ ਰਾਤ ਹਜ਼ੂਰ ਜਾਗਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪ੍ਰਕਾਸ਼ ਹੋਇਆ ਤੇ ਉਸ ਵੇਲੇ ਮਹਾਰਾਜ ਨੇ ਅੱਖਾਂ ਖੋਲੀਆਂ ਤੇ ਅੱਖਾਂ ਖੋਲ ਕੇ ਹੱਸਦੇ ਆਲੇ ਦੁਆਲੇ ਸਿੱਖ ਵੀ ਯਾਦ ਬੈਠੇ ਸਨ ਜਿਹੜੇ ਉਹ ਵੀ ਮਹਾਰਾਜ ਨੂੰ ਦੇਖ ਕੇ ਹੈਰਾਨ ਹੋ ਗਏ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਵੀ ਮਹਾਰਾਜ ਆਪ ਗੰਭੀਰ ਰਹੇ ਉਹ ਸਾਰੀ ਉਮਰ ਤੇ ਕਿਰਪਾ ਕਰਕੇ ਦੱਸੋ ਵੀ ਆਪ ਹੱਸੇ ਕਿਉਂ ਮਹਾਂਪੁਰਖ ਹੁੰਦੇ ਨੇ ਜੇ ਕੋਈ ਕੋਈ ਰਾਜ ਹੁੰਦਾ ਇਹਨਾਂ ਦੇ ਹੱਸਣ ਦੇ ਵਿੱਚ ਬਹੁਤ ਬੋਲਦੇ ਹਨ ਜਿਹੜੇ ਭਗਵਾਨ ਰਾਮ ਚੰਦਰ ਜੀ ਵਸ਼ਿਸ਼ਠ ਦੇ ਕੋਲ ਬੈਠੇ ਤੇ ਇੱਕ ਕੀੜਾ ਚੜ ਰਿਹਾ ਕੰਧ ਦੇ ਉੱਤੇ ਉਹ 10 ਵਾਰ ਡਿੱਗਿਆ ਉਹਨੂੰ ਦੇਖ ਕੇ ਹੱਸਦੇ ਰਾਮ ਚੰਦਰ ਜੀ ਹੱਸਦੇ ਦੇਖਦੇ ਉਸ ਵਸ਼ਿਸ਼ਠ ਕਹਿਣ ਲੱਗੇ ਵੀ ਰਾਮ ਜੀ ਹੱਸੇ ਕਿਉਂ ਉਹ ਕਹਿਣ ਲੱਗਿਆ ਜਿਹੜਾ ਕੀੜਾ ਇਹ 10 ਵਾਰ ਚੱਕਰਵਰਤੀ ਰਾਜਾ ਰਿਹਾ ਹਿੰਦੁਸਤਾਨ ਦੇ ਵਿੱਚ ਉਹਨੇ ਦੀਆਂ ਲੱਤਾਂ ਟੁੱਟੀਆਂ ਵੀ ਉਹਨੇ ਤੇ ਕੰਧ ਦੇ ਉੱਤੇ ਚੜ੍ਹਨੀ ਹੁੰਦੀ ਤਾਂ ਹੱਸਿਆ ਮੈਂ ਦੇਖਦੇ ਦੀ ਕਿਸਮਤ ਦੇਖੋ ਬਈ ਇਹ ਰਾਜਾ ਰਿਹਾ ਚੱਕਰਵਰਤੀ ਰਾਜਾ ਰਿਹਾ ਉਹਨਾਂ ਦੀਆਂ ਲੱਤਾਂ ਟੁੱਟੀਆਂ ਨੇ ਕੀੜੇ ਦੀ ਜੂਨ ਦੇ ਵਿੱਚ ਆ ਕੇ ਹੁਣ ਕੰਧੇ ਉੱਤੇ ਚੜ੍ਹਨੀ ਹੋਣੀ ਤਾਂ ਹੱਸਿਆ ਤੇ ਜਦੋਂ ਨੌਵੇਂ ਪਾਤਸ਼ਾਹ ਹੱਸੇ ਤਾਂ ਸਿੱਖਾਂ ਨੇ ਅਰਦਾਸ ਕੀਤੀ ਤੇ ਨੌਵੇਂ ਸਤਿਗੁਰੂ ਬੋਲੇ ਭਾਈ ਗੁਰੂ ਨਾਨਕ ਮਹਾਰਾਜ ਦੇ ਦਰਬਾਰ ਦੀ ਗੱਡੀ ਦਾ ਤਖ਼ਤ ਦਾ 10ਵਾਂ ਵਾਰਸ ਆ ਗਿਆ ਸਿੱਖ ਹੈਰਾਨ ਉਹਨੂੰ ਪੁੱਛਣ ਲੱਗੇ ਵੀ ਨੌਵੇਂ ਵਾਰਸ ਤੁਸੀਂ ਹੋ ਤੁਹਾਡੇ ਹੁੰਦੇ 10ਵਾਂ ਕਿਵੇਂ ਆ ਗਿਆ ਤੇ ਮਹਾਰਾਜ ਕਹਿੰਦੇ ਜਿੰਨਾ ਚਿਰ ਨੌਵਾਂ ਹੈ ਉਨਾ ਚਿਰ ਉਹ ਆਪਣੇ ਆਪ ਨੂੰ ਗੁਰੂ ਨਹੀਂ ਕਹਾਉਣਗੇ ਬਰਕਤਾਂ ਸਾਰੀਆਂ ਹੋਣਗੀਆਂ ਉਹਨਾਂ ਦੇ ਅੰਦਰ ਸੋ ਫਿਰ ਪਤਾ ਲੱਗਿਆ ਬਈ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ ਜੇ ਚਿੱਠੀ ਨਹੀਂ ਸੀ ਆਈ ਕੋਈ ਪਤਾ ਮਹਾਰਾਜ ਦੇ ਅੰਤਰਾਤਮਾ ਹੀ ਪਤਾ ਲੱਗਿਆ ਆਪਾਂ ਇਸ ਮੁਲਕ ਦੇ ਵਿੱਚ ਰਹਿੰਦੇ ਹਾਂ ਇਸ ਮੁਲਕ ਦੇ ਵਿੱਚ ਜਦੋਂ ਕ੍ਰਿਸਮਸ ਮਨਾਉਂਦੇ ਨੇ ਤਾਂ ਤੁਸੀਂ ਘਰਾਂ ਦੇ ਵਿੱਚ ਦੇਖਦੇ ਹੋ ਕਿ 3 ਬੋਤਿਆਂ ਵਾਲੇ ਬੈਠੇ ਹੁੰਦੇ ਨਾ ਉਹ ਈਸਟ ਤੋਂ ਬੰਦੇ ਆਏ ਸੀ ਜਿਨ੍ਹਾਂ ਨੇ ਤਾਰਾ ਬੋਦੀ ਵਾਲਾ ਤਾਰਾ ਜਿੱਥੇ ਹਜ਼ਰਤ ਈਸਾ ਦਾ ਜਨਮ ਹੋਇਆ ਉੱਥੇ ਉਹ ਤਾਰੇ ਦਾ ਇਸ਼ਾਰਾ ਸਮਝ ਕੇ ਉੱਥੇ ਜਾ ਕੇ ਉਹਨਾਂ ਨੇ ਲੱਭਿਆ ਵੀ ਇੱਥੇ ਕੋਈ ਮਹਾਂਪੁਰਖ ਸੰਸਾਰ ਦੇ ਉਤਪਾਦਨ ਹੋਇਆ ਸਤਿਗੁਰੂ ਨੂੰ ਪਹਿਲਾਂ ਪਤਾ ਲੱਗਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਦਰਸਾ ਦਿੱਤਾ ਤੇ ਭਾਈ ਭੀਖਣ ਸ਼ਾਹ ਸਨ ਜਿਹੜੇ ਉਹ ਮੁਸਲਮਾਨ ਸਨ ਬੰਦਗੀ ਵਾਲੇ ਸਨ ਮੁਸਲਮਾਨਾਂ ਨੂੰ ਮੁਸਲਮਾਨ ਹੁੰਦੇ ਹੋਏ ਉਹਨਾਂ ਨੇ ਪੂਰਬ ਵਾਲੇ ਪਾਸੇ ਨਮਸਕਾਰ ਕੀਤੀ ਤੇ ਮਰੀਦ ਕਹਿੰਦੇ ਵੀ ਤੁਸੀਂ ਉੱਧਰ ਨੂੰ ਨਮਸਕਾਰ ਕਿਉਂ ਕੀਤੀ ਤੇ ਕਹਿੰਦੇ ਵੀ ਇੱਧਰ ਮੇਰਾ ਖੁਦਾ ਪ੍ਰਗਟ ਹੋਇਆ ਉਹ ਕਹਿੰਦੇ ਵੀ ਤੁਸੀਂ ਖੁਦਾ ਦੇ ਘਰ ਵੱਲ ਪਿਟਕਾ ਦੇ ਕੀਤੀ ਜਿਹੜੇ ਮੁਸਲਮਾਨ ਨੇ ਉਹ ਮੱਕੇ ਵੱਲ ਮੂੰਹ ਕਰਕੇ ਉੱਧਰ ਨੂੰ ਨਮਸਕਾਰ ਕਰਦੇ ਨਮਾਜ਼ ਪੜ੍ਹਦੇ ਨੇ ਕਹਿੰਦੇ ਮੱਕੇ ਵੱਲ ਕਿਉਂ ਪਿੱਠ ਕੀਤੀ ਇਸਲਾਮ ਦੀ ਤਰੱਕੀ ਕਿਵੇਂ ਹੋਊਗੀ ਜੇ ਤੁਸੀਂ ਪੀਰ ਹੋ ਕੇ ਏਡੀ ਗਲਤੀ ਕਰਤੀ ਇਸਲਾਮ ਦੀ ਮਰਯਾਦਾ ਤੋੜਤੀ ਦੇਖੋ ਪੀਰ ਭੀਖਣ ਸ਼ਾਹ ਦਾ ਜਵਾਬ ਸੁਣੋ ਕਹਿੰਦੇ ਮੱਕੇ ਦੇ ਜਿਹੜਾ ਮੱਕੇ ਜਿਹੜਾ ਖੁਦਾ ਦਾ ਘਰ ਹੈ ਨਾ ਉਹਦੇ ਵੱਲ ਪਿੱਠ ਹੋ ਜਾਵੇ ਤਾਂ ਕੋਈ ਫਰਕ ਨਹੀਂ ਖੁਦਾ ਵੱਲ ਪਿੱਠ ਨਾ ਹੋਵੇ ਖੁਦਾ ਵੱਲ ਨਹੀਂ ਪਿੱਠ ਨਾ ਹੋਵੇ ਸੋ 3 ਜਣੇ ਨੂੰ ਲੈ ਕੇ ਉੱਥੇ ਪਹੁੰਚੇ ਸਨ ਦਰਸ਼ਨ ਕੀਤੇ ਉਹ ਤਿਆਰ ਸਾਰਾ ਆਪ ਨੂੰ ਪਤਾ ਹੈ ਸੋ ਜਦੋਂ ਆਏ ਸਿੱਖ ਨੇ ਅਰਦਾਸ ਕੀਤੀ ਆ ਕੇ ਦਰਸਾਇਆ ਸਾਰਾ ਕੁਛ ਤਾਂ ਪਟਨਾ ਸਾਹਿਬ ਦੇ ਵਿੱਚ 2 ਥਾਂ 'ਤੇ ਮਹਾਰਾਜ ਦਾ ਜਿਹੜਾ ਪ੍ਰਕਾਸ਼ ਦੀਆਂ ਖੁਸ਼ੀਆਂ ਮਨਾਈਆਂ ਪਟਨਾ ਸਾਹਿਬ ਦੇ ਵਿੱਚ ਅਤੇ ਇੰਨਾ ਸੰਗਤ ਨੇ ਖਰਚ ਕੀਤਾ ਇੰਨਾ ਮਾਮਾ ਕਿਰਪਾਲ ਚੰਦ ਜੀ ਦੇ ਸਾਹਿਬਜ਼ਾਦੇ ਲਈ ਇੰਨਾ ਖਰਚ ਕੀਤਾ ਗਿਆ ਅਤੇ ਉੱਧਰ ਰਾਜਾ ਪੰਡਪਾਲ ਉਹਨੂੰ ਵੀ ਪਤਾ ਲੱਗਿਆ ਅਤੇ ਜੈਪੁਰ ਦਾ ਰਾਜਾ ਰਾਮ ਸਿੰਘ ਸੀ ਉਹਨੂੰ ਪਤਾ ਲੱਗਿਆ ਦੋਵੇਂ ਬਾਦਸ਼ਾਹਾਂ ਦਾ ਸਮਝੌਤਾ ਹੋਇਆ ਰਾਜਿਆਂ ਦਾ ਦੋਹਾਂ ਦਾ ਉਹਨਾਂ ਨੇ ਉੱਥੇ ਬਹੁਤ ਖਰਚ ਕੀਤਾ ਅਤੇ ਮਹਾਰਾਜ ਇੰਨੇ ਪ੍ਰਸੰਨ ਹੋਏ ਹੁਕਮਨਾਮਾ ਲਿਖ ਕੇ ਭੇਜਿਆ ਕਿ ਜਿੰਨਾ ਖਰਚ ਹੋਇਆ ਹੈ ਸਭ ਗੁਰੂ ਨਾਨਕ ਦੇ ਦਰਬਾਰ ਵਿੱਚ ਮਨਜ਼ੂਰ ਹੈ ਗੁਰਪੁਰਬ 'ਤੇ ਜਿੰਨਾ ਖਰਚ ਕੀਤਾ ਗਿਆ ਸਾਰਾ ਹੀ ਮਨਜ਼ੂਰ ਕਰ ਦਿੱਤਾ ਮਹਾਰਾਜ ਨੇ ਇੰਨੀਆਂ ਵੱਡੀਆਂ ਖੁਸ਼ੀਆਂ ਮਨਾਈਆਂ ਗਈਆਂ ਸੋ ਇਹ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੈ
ਪਟਨੇ ਦੇ ਵਿੱਚ ਹੋਇਆ। ਪਟਨਾ ਸ਼ਹਿਰ ਇਹਨੂੰ ਕੁਸੁਮਪਤੀ ਵੀ ਕਹਿੰਦੇ ਨੇ, ਪਾਟਲੀ ਪੁੱਤਰ ਵੀ ਕਹਿੰਦੇ ਹਨ। ਇਹ ਉਹ ਸਥਾਨ ਹੈ ਜਿੱਥੇ ਰਾਜਾ ਅਸ਼ੋਕ ਨੇ ਮਹਾਤਮਾ ਬੁੱਧ ਦਾ ਧਰਮ ਗ੍ਰਹਿਣ ਕਰਕੇ ਤਲਵਾਰ ਸਦਾ ਲਈ ਸੁੱਟ ਦਿੱਤੀ। ਕਲਿੰਗਾ ਦਾ ਜੰਗ ਹੋਇਆ ਸੀ ਇੱਥੇ। ਇੰਨਾ ਦੁਖੀ ਹੋਇਆ ਅਸ਼ੋਕ ਰਾਜਾ ਕਿ ਉਹਨੇ ਸਾਰੀ ਫੌਜ ਮਰੀ ਹੋਈ ਦੇਖ ਕੇ, ਇੰਨੀਆਂ ਲਾਸ਼ਾਂ ਦੇਖ ਕੇ, ਇੰਨਾ ਵੈਰਾਗ ਮਨ ਦੇ ਵਿੱਚ ਆ ਗਿਆ, ਉਹਨੇ ਤਲਵਾਰ ਸੁੱਟ ਦਿੱਤੀ। ਅੱਜ ਤੋਂ ਬਾਅਦ ਮੈਂ ਜੰਗ ਨਹੀਂ ਕਰਨਾ। ਅਤੇ ਕੁਦਰਤ ਦੇਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਥਾਂ 'ਤੇ ਪੈਦਾ ਹੋਏ ਜਿਨ੍ਹਾਂ ਨੇ ਤਲਵਾਰ ਚੱਕ ਕੇ ਮਸਨੂਈ ਜੰਗ ਉੱਥੋਂ ਹੀ ਸ਼ੁਰੂ ਕੀਤੇ ਬੱਚਿਆਂ ਦੇ ਨਾਲ। ਅਤੇ ਸਾਰੇ ਸੰਸਾਰ ਦੇ ਵਿੱਚ ਜਿਹੜਾ ਹੈ ਖਾਲਸਾ ਪੈਦਾ ਕਰਕੇ ਉਹਦੇ ਗਲ ਦੇ ਵਿੱਚ ਤਲਵਾਰ ਪਾ ਦਿੱਤੀ, ਜੰਗਾਂ ਸ਼ੁਰੂ ਕਰ ਦਿੱਤੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਹਰੇਕ ਗੁਰੂ ਪੀਰ ਹੈ ਜਿਹੜਾ ਸਾਧ ਸੰਗਤ, ਉਹ ਕਿਸੇ ਖਾਸ ਚੀਜ਼ ਨੂੰ ਪਿਆਰ ਕਰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਪਰਖ ਲਈ ਹੈ, ਸਿੱਖੀ ਦੀ ਪਰਖ ਕੀਤੀ ਹੈ, ਤਾਂ ਬਾਬਾ ਲਹਿਣਾ ਜੀ ਜਿਹੜੇ ਉਹ ਪੂਰੇ ਉਤਰੇ। ਇੰਨਾ ਪਿਆਰ ਕੀਤਾ ਜਦੋਂ ਹੀਰ ਦੇ ਵਿੱਚ ਪੁੱਛਿਆ, ਲਹਿਣਾ ਸਾਰੇ ਚਲੇ ਗਏ, ਤੂੰ ਕਿਉਂ ਨਹੀਂ ਗਿਆ? ਅਤੇ ਬਾਬਾ ਲਹਿਣਾ ਜੀ ਕਹਿਣ ਲੱਗੇ ਵੀ ਸਤਿਗੁਰੂ, ਇਹਨਾਂ ਦਾ ਕੋਈ ਪਿੱਛੇ ਹੋਊਗਾ, ਮੇਰਾ ਕੋਈ ਹੈ ਹੀ ਨਹੀਂ, ਮੈਂ ਸਭ ਕੁਛ ਛੱਡ ਕੇ ਆਇਆ ਤੇਰੇ ਚਰਨ 'ਤੇ, ਮੇਰਾ ਤੇਥੋਂ ਬਿਨਾਂ ਕੋਈ ਨਹੀਂ ਹੈ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਘੁੱਟ ਕੇ ਛਾਤੀ ਦੇ ਨਾਲ ਡਾ ਲਿਆ, ਨਾਲੇ ਵਰ ਦਿੱਤਾ, ਉਹਨਾਂ ਨੂੰ ਅੰਗੇ ਖੁਦ ਬਣਾ ਲਿਆ, ਖੁਦ ਦਾ ਅੰਗ ਬਣਾ ਲਿਆ, ਉੱਥੋਂ ਨਾਮ ਪੈ ਗਿਆ ਅੰਗਦ। ਅਤੇ ਗੁਰੂ ਅੰਗਦ ਮਹਾਰਾਜ ਨੂੰ ਇੰਨਾ ਪਿਆਰ ਕੀਤਾ, ਕਹਿੰਦੇ ਮੈਂ ਜਾਣਾ ਨਹੀਂ ਕਿਤੇ, ਮੈਂ ਵੀ ਥਾਂ ਲੱਭਦਾ ਸੀ, ਮੈਂ ਤੇਰੇ ਵਿੱਚ ਹੀ ਨਿਵਾਸ ਲੈ ਲਿਆ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਖਾਲਸੇ ਨੂੰ ਇੰਨਾ ਪਿਆਰ ਕਰਦੇ ਹਨ। ਅਤੇ ਇਹ ਸਰਵ ਲੋਕ ਗ੍ਰੰਥ ਜਿਹੜਾ ਵਜ਼ੀਰ ਦੀ ਤਰ੍ਹਾਂ ਹੈ, ਸਰਵਲੋਕ ਗ੍ਰੰਥ ਅਤੇ ਦਸਮ ਗ੍ਰੰਥ, ਇਹ ਦੋਵੇਂ ਦਸਮ ਪਾਤਸ਼ਾਹ ਦੇ ਲਿਖੇ ਹੋਏ ਨੇ। ਬਾਬਾ ਸੰਤਾ ਸਿੰਘ ਲਿੰਗਾਂ ਦੇ ਮੁਖੀ ਹੋਏ ਨੇ, ਪਟਿਆਲੇ ਦੇ ਵਿੱਚ ਉਹਨਾਂ ਨੇ ਗ੍ਰੰਥ ਛਾਪਿਆ। ਬਹੁਤ ਵੱਡੇ ਆਕਾਰ ਦਾ ਗ੍ਰੰਥ ਹੈ, ਇਹਦੇ ਵਿੱਚ ਮੋਹ ਅਤੇ ਵਿਵੇਕ ਦੀ ਜੰਗ ਦਿਖਾਈ ਹੈ, ਬਹੁਤ ਵਿਚਿੱਤਰ ਨਾਮ ਜਿਹੜਾ ਹੈ ਲਿਖਿਆ ਹੋਇਆ ਹੈ। ਇਹਦੇ ਵਿੱਚ ਖਾਲਸਾ ਮਹਿਮਾ ਲਿਖੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਅਤੇ ਉਹ ਜਿਹੜੀ ਖਾਲਸਾ ਮਹਿਮਾ ਲਿਖੀ ਹੈ ਉਹਦੇ ਵਿੱਚ ਖਾਲਸੇ ਦਾ ਪਿਆਰ ਹੈ ਜਿਹੜਾ ਉਹ ਦਿਖਾਇਆ ਹੋਇਆ ਵੀ ਖਾਲਸੇ ਨੂੰ ਕਿੰਨਾ ਪਿਆਰ ਸਬੂਤ ਕਰਦੇ ਸੀ। ਦੇਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ ਸਭ ਤੋਂ ਵਿਚਿੱਤਰ ਜਿਹੜਾ ਨਾਟਕ ਕੀਤਾ ਹੈ ਉਹ ਖਾਲਸਾ ਪੈਦਾ ਕੀਤਾ। 42 ਸਾਲ ਦੀ ਉਮਰ ਦੇ ਵਿੱਚ, 9 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ 'ਤੇ ਬਿਰਾਜਮਾਨ ਹੋ ਗਏ ਨੇ। 42 ਸਾਲ ਦੀ ਉਮਰ ਦੇ ਵਿੱਚ 4 ਯੁੱਗਾਂ 'ਚ ਵੱਡੇ ਵੱਡੇ ਰਿਸ਼ੀਆਂ ਨੇ ਉਹਨੇ ਕੰਮ ਨਹੀਂ ਕੀਤੇ ਹੋਣੇ ਜਿੰਨਾ ਇਕੱਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਇਸ ਛੋਟੀ ਜਿਹੀ ਉਮਰ ਦੇ ਵਿੱਚ ਕਰ ਗਏ। ਹਿੰਦੁਸਤਾਨ ਦਾ ਹਾਲ ਇਹ ਸੀ ਕਿ ਔਰੰਗਜ਼ੇਬ ਦਾ ਤਪ ਤੇਜ਼ ਇੰਨਾ ਸੀ ਕਿ ਘਰਾਂ ਦੇ ਵਿੱਚੋਂ ਕਿਸੇ ਦੀ ਧੀ ਭੈਣ ਚੱਕ ਕੇ ਲੈ ਜਾਵੇ, ਕਿਸੇ ਦੇ ਮੂੰਹ 'ਚ ਜ਼ੁਬਾਨ ਨਹੀਂ ਸੀ, ਜ਼ੁਰਤ ਨਹੀਂ ਸੀ ਕਿਸੇ ਦੀ ਵੀ ਕੋਈ ਕਿਸੇ ਫੌਜੀ ਨੂੰ ਰੋਕ ਸਕੇ, ਮੁਗਲ ਨੂੰ ਰੋਕ ਸਕੇ। ਜੇ ਸੋਨਾ ਚੱਕ ਲਿਆ, ਮੈਸਾਂ ਖੋਲ ਲਈਆਂ, ਦੁੱਧ ਚੱਕ ਲਿਆ, ਕਿਸੇ ਦੇ ਮੂੰਹ ਜ਼ੁਬਾਨ ਨਹੀਂ ਸੀ ਕੋਈ ਰੋਕ ਸਕੇ ਉਹਨਾਂ ਨੂੰ। ਕਾਜ਼ੀਆਂ ਨੂੰ ਇਹ ਪੁੱਛਦੇ ਸਨ ਕਿ ਹਿੰਦੂ ਨੇ ਜਿਹੜੇ ਗੈਰ ਮੁਸਲਮਾਨ ਨੇ ਜਿਹੜੇ ਹਿੰਦੂ ਨੇ ਜਿਹੜੇ ਮੁਸਲਮਾਨਾਂ ਤੋਂ ਬਿਨਾਂ ਰਹਿਣ ਵਾਲੇ ਬਾਕੀ, ਵੀ ਇਹਨਾਂ ਖਾਤਰ ਕੀ ਕੁਰਾਨ ਕਹਿੰਦੀ ਹੈ? ਕਹਿੰਦੇ ਇਹਨਾਂ ਖਾਤਰ ਕੁਰਾਨ ਇਹ ਕਹਿੰਦੀ ਹੈ ਵੀ ਜੇ ਮੁਸਲਮਾਨ ਥੱਪੜਾ ਚਾਹੇ ਨਾ, ਹਿੰਦੂ ਮੂੰਹ ਹਟ ਦੇ। ਇਹ ਧਰਤੀ ਹੈ ਮੁਸਲਮਾਨਾਂ ਖਾਤਰ, ਜੋ ਮੰਗਣ ਇਹਨਾਂ ਤੋਂ ਪ੍ਰਾਪਤ ਹੁੰਦੀ। ਇੰਨੀ ਭੈੜੀ ਹਾਲਤ ਉਸ ਵੇਲੇ ਹਿੰਦੁਸਤਾਨ ਦੀ, ਇਹੋ ਜਿਹੇ ਗਿਰੀ ਜ਼ਮੀਰ ਵਾਲੇ ਲੋਕਾਂ ਨੂੰ ਖੜ੍ਹੇ ਕਰ ਦੇਣਾ, ਉਠਾਲ ਦੇਣਾ, ਅਤੇ ਉਹਨਾਂ ਦੇ ਗਲ ਜਿਵੇਂ ਤਲਵਾਰਾਂ ਪਾ ਕੇ ਮੁਗਲਾਂ ਨਾਲ ਜਿਹੜੇ 1000 ਸਾਲ ਤੋਂ ਹਿੰਦੁਸਤਾਨ 'ਤੇ ਰਾਜ ਕਰ ਰਹੇ ਸਨ, ਉਹਨਾਂ ਦੇ ਨਾਲ ਜੰਗ ਖਾਤਰ ਲਾ ਦੇਣਾ ਅਤੇ ਉਹਨਾਂ ਨੂੰ ਜੇਤੂ ਬਣਾ ਦੇਣਾ। ਸਤਸੰਗ, ਇਹ ਇੱਕ ਇਕੱਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਸਾਰ 'ਤੇ ਹੋਏ ਨੇ ਜਿਨ੍ਹਾਂ ਨੇ ਐਡਾ ਵੱਡਾ ਦਾਨ ਦਿੱਤਾ ਹੈ। ਕਿਸੇ ਪੈਗੰਬਰ ਨੇ ਧਰਤੀ ਦੇ ਉੱਤੇ ਅਸੀਂ ਕਰਾਮਾਤ ਨਹੀਂ ਕੀਤੀ। ਅਤੇ ਖਾਲਸੇ ਨੂੰ ਪਿਆਰ ਕਰਦੇ ਹੋ, ਦੇਖੋ ਕਿਹੋ ਜਿਹੀ ਵਿਚਿੱਤਰ ਗੱਲ ਹੈ ਜਿਹੜੀ ਕਹਿੰਦੇ ਨੇ ਮਹਾਰਾਜ, ਕਿ ਖਾਲਸਾ ਮੇਰੋ ਰੂਪ ਹੈ ਖਾਸ, ਇਹ ਦੇਵ ਪਲਾਸੀ ਰਾਗ ਦੇ ਵਿੱਚ ਸਰਬਲੋਕ ਗ੍ਰੰਥ ਦੇ ਵਿੱਚ ਲਿਖਿਆ ਹੋਇਆ। ਮੇਰਾ ਜਿਹੜਾ ਖਾਲਸਾ ਹੈ ਉਹ ਮੇਰਾ ਖਾਸ ਰੂਪ ਹੈ, ਖਾਲਸਾ ਮੇਰਾ ਖਾਸ ਰੂਪ ਹੈ। ਸੋ ਭਾਈ ਨੰਦ ਲਾਲ ਜੀ ਨੇ ਪੁੱਛਿਆ ਸੀ ਮਹਾਰਾਜ ਨੂੰ ਵੀ ਮਹਾਰਾਜ ਆਪ ਦੇ ਮੈਨੂੰ ਜਿਹੜੇ ਰੂਪ ਨੇ ਮੈਨੂੰ ਪਤਾ ਨਹੀਂ ਲੱਗਦਾ ਵੀ ਕਿਹੜੇ ਰੂਪ, ਆਪ ਦਾ ਕਿਹੜਾ ਰੂਪ ਹੈ।
ਮਹਾਰਾਜ ਕਹਿ ਦੇ ਬਚਨ ਦਿੱਤੇ ਸੰਸਹਿਤ ਨਾਮੇ ਵਿੱਚ ਭਾਈ ਨੰਦ ਲਾਲ ਵਾਲੇ ਵਿੱਚ ਆਉਂਦੇ ਹਨ ਤੀਨ ਰੋਗ ਰੂਪ ਹੈ ਮੋਹੇ ਕੇ ਸੁਣੋ ਨੰਦ ਚਿਤ ਲਾਏ ਨਿਰਗੁਣ ਸਰਗੁਣ ਗੁਣ ਸ਼ਬਦ ਕਹੋ ਤੋਬੇ ਸਮਝਾਏ ਇੱਕ ਤਾਂ ਮੇਰਾ ਨਿਰਗੁਣ ਰੂਪ ਹੈ ਜਿਹੜਾ ਭਾਗਾ ਵਾਲਿਆਂ ਨੂੰ ਦਿੱਤਾ ਇੱਕ ਸਰਗੁਣ ਜਿਹੜੇ ਤੂੰ ਦਰਸ਼ਨ ਕਰ ਰਹੇ ਹਾਂ ਸਰੀਰ ਦੇ ਵਿੱਚ ਇੱਕ ਮੇਰਾ ਸ਼ਬਦ ਰੂਪ ਹੈ ਜਿਹੜਾ ਉਪਦੇਸ਼ ਹੈ ਸੋ ਜਿਹੜਾ ਖਾਲਸਾ ਹੈ ਖਾਲਸਾ ਮਹਾਰਾਜ ਦਾ ਖਾਸ ਰੂਪ ਹੈ ਤੇ ਖਾਲਸੇ ਦੇ ਉੱਤੇ ਇੰਨੇ ਪ੍ਰਸੰਨ ਸਨ ਮਹਾਰਾਜ ਤੇ ਕਹਿੰਦੇ ਨੇ ਖਾਲਸਾ ਮੈਂ ਹਾਂ ਕਰੋ ਨਿਵਾਸ ਮੈਂ ਖਾਲਸੇ ਦੇ ਹਿਰਦੇ ਦੇ ਵਿੱਚ ਹੀ ਨਿਵਾਸ ਕਰਦਾ ਜੇ ਜਿਹੜਾ ਖਾਲਸਾ ਦੇ ਸਾਧ ਸਕਤ ਖਾਲਸਾ ਬਣ ਜਾਵੇ ਕੋਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਹਿਰਦੇ ਚੱਕ ਬਹਿ ਜਾਂਦੇ ਉਸ ਸਿੱਖ ਨੂੰ ਕਿਹੜੀ ਚੀਜ਼ ਦਾ ਘਾਟਾ ਹੋਵੇ ਤੇ ਅੱਗੇ ਕਹਿੰਦੇ ਨੇ ਖਾਲਸਾ ਮੇਰੋ ਮੁੱਖ ਹੈ ਅੰਗ ਮੈਂ ਡਾਕਟਰ ਸਾਹਿਬ ਅੱਜ ਮੈਂ ਆਪਣੇ ਮਨ ਦੀ ਸ਼ੰਕਾ ਕੱਢਣ ਖਾਤਰ ਪੁੱਛਿਆ ਸਵਾਲ ਫਿਜ਼ੀਸ਼ੀਅਨ ਮੇਰੇ ਦੀ ਦੀਦੀ ਨੂੰ ਬਈ ਸਰੀਰ ਦੇ ਵਿੱਚ ਮੁੱਖ ਅੰਗ ਕਿਹੜਾ ਹੈ ਮੁੱਖ ਅੰਗ ਦਾ ਉਹ ਮੁੱਖ ਅੰਗ ਦਾ ਮਤਲਬ ਇਹ ਹੈ ਬਈ ਜਿਹੜਾ ਜਿਹੜੇ ਅੰਗ ਤੋਂ ਬਿਨਾਂ ਸਰੀਰ ਜੀ ਜਾਂ ਨਾ ਸਕੇ ਜੇ ਮਨ ਹੈ ਆਪਾਂ ਕਹਿੰਦੇ ਮਨ ਮੁੱਖ ਅੰਗ ਹੈ ਮਨ ਚਲਾਉਣ ਵਾਲਾ ਸਾਰਾ ਪਰ ਮਨ ਜਦ ਸਰੀਰ ਕੌਮੇ ਦੇ ਵਿੱਚ ਲਿਆ ਜਾਂਦਾ ਸਵਾਸ ਤਾਂ ਫਿਰ ਵੀ ਚੱਲਦਾ ਜੀ ਜਿੰਨਾ ਚਿਰ ਮਰਜ਼ੀ ਰੱਖੀ ਉਹ ਮਸ਼ੀਨ ਲਾ ਦਿੰਦੇ ਨੇ ਉਹਦੇ ਨਾਲ ਚੱਲੀ ਜਾਂਦਾ ਸਾਲ ਰੱਖ ਲਓ ਦੋ ਸਾਲ ਦਸ ਦਸ ਸਾਲ ਵੀ ਲੋਕ ਕੌਮੇ 'ਚ ਪਏ ਰਹਿੰਦੇ ਸਰੀਰ ਚੱਲ ਜਾਵੇ ਸਬਜ਼ੀ ਪਈ ਹੁੰਦੇ ਐਂ ਹੁੰਦਾ ਸੀ ਫਿਰ ਮੈਂ ਸੋਚਿਆ ਵੀ ਜਿਹੜਾ ਅੰਗ ਹੈ ਦਿਲ ਦਿਲ ਇੱਕ ਸਕਿੰਟ ਖਾਤਰ ਬੰਦ ਹੋ ਗਿਆ ਨਾ ਸਾਰਾ ਸਰੀਰ ਦੇ ਖਾਤਰ ਚੱਲਾ ਹੀ ਨਹੀਂ ਸਕਦਾ ਸੀ ਤੇ ਮਹਾਰਾਜ ਕਹਿੰਦੇ ਖਾਲਸਾ ਮੇਰੋ ਮੁੱਖ ਹੈ ਅੰਗ ਜਿਵੇਂ ਦਿਲ ਹੈ ਨਾ ਖਾਲਸਾ ਮੇਰਾ ਦਿਲ ਹੈ ਖਾਲਸੇ ਦੇ ਬਿਨਾਂ ਮੈਂ ਜਿਉਂ ਨਹੀਂ ਸਕਦਾ ਦੱਸੋ ਗੁਰੂ ਨੇ ਏਡਾ ਵੱਡਾ ਦਾਨ ਦੇ ਦਿੱਤਾ ਹੈ ਤੇ ਲੋਕਾਂ ਨੂੰ ਕਹਿਣਾ ਪੈਂਦਾ ਉਹ ਗੁਰੂ ਦਾ ਸਿੱਖ ਬਣਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਬਣ ਜਾਂਦਾ ਫਿਰ ਮੰਨਣ ਨੂੰ ਫਿਰ ਦੁਨੀਆ ਤਿਆਰ ਨਹੀਂ ਗੁਰੂ ਨੇ ਝੋਲੀਆਂ ਭਰ ਭਰ ਡੋਲੀਆਂ ਦੇ ਸਿੱਖ ਦੇ ਉੱਤੇ ਸਿੱਖ ਲੈਣ ਲਈ ਤਿਆਰ ਨਹੀਂ ਖਾਲਸਾ ਮੇਰੋ ਮੁੱਖ ਹੈ ਅੰਗ ਖਾਲਸਾ ਤੂੰ ਮੇਰਾ ਦਿਲ ਹੈ ਤੇ ਤੂੰ ਮੇਰਾ ਮੈਂ ਜਿਉਂ ਹੀ ਨਹੀਂ ਸਕਦਾ ਖਾਲਸਾ ਖਾਲਸੇ ਕਿਹੋ ਵਸਤ ਸਤਸੰਗ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਰੇ ਜਾਂਦੇ ਹੋਣ ਉਹਨਾਂ ਦੇ ਪਿੱਛੇ ਆਪਾਂ ਨੂੰ ਤੁਰਨਾ ਪਵੇ ਆਪਾਂ ਨੂੰ ਕਾਹਦਾ ਡਰ ਹੈ ਨਾ ਮਾਇਆ ਦਾ ਘਾਟਾ ਨਾ ਕੋਈ ਬਾਦਸ਼ਾਹ ਦਾ ਡਰ ਨਾ ਦੁਨੀਆਂ ਦਾ ਡਰ ਨਾ ਪ੍ਰਲੋਕ ਦਾ ਡਰ ਜਦ ਆਪਾਂ ਗੁਰੂ ਦੇ ਪਿੱਛੇ ਤੁਰ ਪਏ ਆਪਾਂ ਨੂੰ ਕਾਹਦਾ ਡਰ ਮਹਾਰਾਜ ਕਹਿੰਦੇ ਖਾਲਸਾ ਤੇਰੇ ਨਾਲ ਤੁਰਨ ਵਾਲਾ ਮੈਂ ਤੇਰੇ ਨਾਲ ਤੁਰਨ ਵਾਲਾ ਹੈ ਤੂੰ ਖਾਲਸਾ ਬਣ ਸਹੀ ਤੇਰੇ ਨਾਲ ਤੁਰੂ ਮੈਂ ਦੇਖੋ ਕਿੱਡਾ ਵੱਡਾ ਦਾਨ ਦਿੰਦਾ ਅੱਗੇ ਕਹਿੰਦੇ ਨੇ ਖਾਲਸਾ ਮੇਰੋ ਇਸ਼ਟ ਸੁਹਿਰਦ ਕਿਤੇ ਮਹਾਰਾਜ ਦਇਆਵਾਨ ਹੋਏ ਨੇ ਖਾਲਸਾ ਮੇਰੋ ਇਸ਼ਟ ਇਸ਼ਟ ਕਹਿੰਦੇ ਨੇ ਪਿਆਰੇ ਨੂੰ ਸੁਹਿਰਦ ਮੇਰਾ ਸਭ ਤੋਂ ਵਧੀਆ ਮਿੱਤਰ ਹੈ ਨਾ ਜਿਹੜਾ ਉਹ ਖਾਲਸਾ ਹੈ ਖਾਲਸੇ ਨੂੰ ਮਿੱਤਰ ਕਹਿੰਦੇ ਨੇ ਖਾਲਸਾ ਤੂੰ ਮੇਰਾ ਪਿਆਰਾ ਮਿੱਤਰ ਹੈ ਮਿੱਤਰ ਕੋਲ ਆਪਾਂ ਸਾਰੀਆਂ ਗੱਲਾਂ ਕਰ ਸਕਦੇ ਹਾਂ ਮਹਾਰਾਜ ਦੇ ਕੋਲ ਖਾਲਸਾ ਸਾਰੀ ਗੱਲ ਕਰ ਸਕਦੇ ਸਿੱਖ ਇਕੱਠੇ ਹੋ ਕੇ ਜਦੋਂ ਜੰਗਾਂ ਦਾ ਵੇਲਾ ਸੀ ਨਾ ਇਕੱਠੇ ਹੋ ਕੇ ਕਲਗੀਧਰ ਦੇ ਚਰਨਾਂ ਚਲੇ ਗਏ ਮਹਾਰਾਜ ਵੀ ਇੰਨੇ ਦੁੱਖ ਆਉਂਦੇ ਨੇ ਨਾ ਇਹ ਜੰਗਾਂ ਦੇ ਵਿੱਚ ਟੁੱਟਿਆ ਪਿਆ ਸਰੀਰ ਫੱਟ ਅਲੱਗ ਅਲੱਗ ਬੁਰਾ ਹਾਲ ਹੋਇਆ ਪਿਆ ਤੇ ਮਹਾਰਾਜ ਤਖ਼ਤ ਤੇ ਬੈਠੇ ਸਨ ਕੰਘਾ ਦੇ ਵਿੱਚ ਸੀ ਕੰਘਾ ਫੜ ਕੇ ਮੂਹਰੇ ਕਰ ਦਿੱਤਾ ਕਹਿੰਦੇ ਸਮਝ ਗਏ ਕਹਿੰਦੇ ਮਹਾਰਾਜ ਸਮਝ ਨਹੀਂ ਆਇਆ ਜਿਹੋ ਜਿਹਾ ਤੂੰ ਵਿਚਿੱਤਰ ਹੈ ਉਹੋ ਜਿਹੇ ਤੇਰੇ ਕਰਨ ਕਰਮ ਵਿਚਿੱਤਰ ਨੇ ਉਹੋ ਜਿਹੇ ਤੇਰੇ ਵਚਨ ਵਿਚਿੱਤਰ ਨੇ ਕਹਿੰਦੇ ਜੀ ਕਿਰਪਾ ਕਰੋ ਸਮਝਾਓ ਕਹਿੰਦੇ ਦੇਖ ਕੰਘੇ ਦੇ ਵਿੱਚ ਚੀਰ ਕਿੰਨੇ ਨੇ ਕਹਿੰਦੇ ਮਹਾਰਾਜ ਚੀਰਾਂ ਨੇ ਪਾੜਿਆ ਪਿਆ ਕੰਘਾ ਕਹਿੰਦੇ ਕਿੱਥੇ ਰਹਿੰਦਾ ਇਹ ਸੀਸ ਦੇ ਉੱਤੇ ਸੀਸ ਦਾ ਸ਼ਿੰਗਾਰ ਬਣ ਗਿਆ ਕੰਘੇ ਨੇ ਆਪਣੇ ਆਪ ਨੂੰ ਚੀਰ ਪਵਾ ਲਏ ਤੇ ਸੀਸ ਦਾ ਸ਼ਿੰਗਾਰ ਬਣ ਗਿਆ ਖਾਲਸਾ ਜੇ ਦੁੱਖ ਸਹਾਰ ਲਏਗਾ ਨਾ ਸੱਚ ਖਾਤਰ ਇਸ ਸਾਰੀ ਧਰਤੀ ਦਾ ਤਾਜ ਤੂੰ ਬਣੇਗਾ ਸਾਰੀ ਧਰਤੀ ਦਾ ਤਾਜ ਤੇਰੇ ਕੋਲ ਹੋਵੇਗਾ ਸਾਰੀ ਧਰਤੀ ਤੇ ਰਾਜ ਤੂੰ ਕਰੇ ਖਾਲਸਾ ਹੋਵੇ ਤਾਂ ਸਹੀ ਕੋਈ ਅੱਗੇ ਦਇਆ ਕਰਦੇ ਨੇ ਖਾਲਸਾ ਮੇਰਾ ਕਹੀਤ ਬਿਰਦ ਬਿਰਦ ਕਹਿੰਦੇ ਨੇ ਸੁਭਾਅ ਨੂੰ ਮਿੱਠੇ ਸੁਭਾਅ ਨੂੰ ਦਾਨੀ ਸੁਭਾਅ ਨੂੰ ਬਲੀ ਸੁਭਾਅ ਨੂੰ ਖਾਲਸਾ ਮੇਰਾ ਜੇ ਕਿਸੇ ਦੇਖਣਾ ਮੇਰਾ ਸੁਭਾਅ ਕਹਿ ਜਾ ਮੇਰੇ ਖਾਲਸੇ ਨੂੰ ਦੇਖ ਲਵੋ ਮੇਰੇ ਖਾਲਸੇ ਨੂੰ ਦੇਖ ਲਵੋ ਮੇਰਾ ਖਾਲਸਾ ਮੇਰਾ ਬਿਰਧ ਹੈ ਸੁਭਾਅ ਹੈ ਜਿਹੜਾ ਮੇਰਾ ਖਾਲਸਾ ਮੇਰਾ ਬਿਰਧ ਹੈ ਚੌਕੋ ਦਇਆ ਕਰਦੇ ਖਾਲਸਾ ਮੇਰੋ ਪਛ ਰੋਪਾਤ ਪਛ ਕਹਿੰਦੇ ਨੇ ਪਛ ਰੋਪਾਤ ਇਹਦਾ ਮਤਲਬ ਦੋਹਾਂ ਅੱਖਰਾਂ ਦਾ ਪਛ ਕਹਿੰਦੇ ਨੇ ਵੱਖ ਕਰਨ ਵਾਲੇ ਨੇ
ਜਿਹੜਾ ਮੈਂ ਕੰਮ ਛੱਡ ਦਿੱਤਾ ਹੈ ਨਾ ਮੇਰਾ ਖਾਲਸਾ ਉਹਨੂੰ ਪੂਰਾ ਕਰੇਗਾ ਮੇਰੇ ਪੱਖ ਨੂੰ ਪੂਰਨ ਵਾਲਾ ਮੇਰੀ ਕਹੀ ਗੱਲ ਨੂੰ ਪੂਰਨ ਕਰਨ ਵਾਲਾ ਮੇਰੇ ਅਧੂਰੇ ਕੰਮ ਨੂੰ ਅਧੂਰੇ ਛੱਡੇ ਹੋਏ ਕੰਮ ਨੂੰ ਪੂਰਾ ਕਰਨ ਵਾਲਾ ਮੇਰਾ ਖਾਲਸਾ ਹੋਵੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੁਨੀਆਂ ਦੇ ਵਿੱਚ ਬਾਦਸ਼ਾਹ ਦੇਖੇ ਕਿਸੇ ਬਾਦਸ਼ਾਹ ਦਾ ਨਾਂ ਨਹੀਂ ਲਿਆ ਉਹਨਾਂ ਨੇ ਜਦੋਂ ਬਾਬਰ ਬਾਣੀ ਵੀ ਕੀ ਹੈ ਨਾ ਪਾਪ ਕੀ ਜੰਦ ਲੈ ਪਾਪ ਕਾਬ ਨੂੰ ਧਾਰਿਆ ਉੱਥੇ ਸਾਰ ਤੱਤ ਦੇਤਾ ਕਿ ਰਾਜੇ ਸਿੰਘ ਮੁਕੱਦਮ ਕੁੱਤੇ ਜਾਇਜ਼ ਗਾਇਜ਼ ਬੈਠੇ ਸੁੱਤੇ ਇਹ ਰਾਜੇ ਨੇ ਜਦੋਂ ਸਿੰਘਾਂ ਵਰਗੇ ਬਣ ਜਾਣ ਮੁਕੱਦਮ ਉਹਨਾਂ ਦੇ ਨੌਕਰ ਨੇ ਕੁੱਤਿਆਂ ਵਰਗੇ ਬਣ ਜਾਣ ਤਾਂ ਦੁਨੀਆਂ ਦੇ ਵਿੱਚ ਟਕਾ ਨਹੀਂ ਆ ਸਕਦਾ ਦੁਨੀਆਂ ਜਿਹੜੀ ਹੈ ਉਹਦੇ ਵਿੱਚ ਤਬਾਹੀ ਮੱਚ ਜਾਂਦੀ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਜਾ ਕੇ ਖਾਲਸੇ ਨੂੰ ਇਹ ਦਾਨ ਦੇ ਕੇ ਖਾਲਸੇ ਦੇ ਗੱਲ ਜ਼ਿੰਮੇਵਾਰੀ ਪਾ ਦਿੱਤੀ ਹੈ ਕਿ ਤੇਰੇ ਤੂੰ ਲੜਨਾ ਹੈ ਜਿਹੜਾ ਜ਼ੁਲਮ ਦੇ ਖਿਲਾਫ ਲੜਨਾ ਹੀ ਲੜਨਾ ਧਰਤੀ ਦੇ ਉੱਤੇ ਜ਼ੁਲਮ ਰਹਿੰਦਾ ਹੈ ਤੇ ਮੇਰਾ ਖਾਲਸਾ ਜ਼ੁਲਮ ਦੇ ਖਿਲਾਫ ਲੜਦਾ ਰਹੇਗਾ ਜਿੰਨਾ ਚਿਰ ਜ਼ੁਲਮ ਰਹੇਗਾ ਖਾਲਸਾ ਸਦਾ ਇਹਦੇ ਨਾਲ ਲੜਦਾ ਰਹੇਗਾ ਪੁਰਾਣੇ ਸਿੰਘਾਂ ਦਾ ਜੀਵਨ ਪੜ੍ਹ ਕੇ ਦੇਖੋ ਰਾਤ ਨੂੰ ਸਿੰਘ ਬੈਠੇ ਹੁੰਦੇ ਨੇ ਗੁਰਮੁਖ ਰਾਤ ਨੂੰ ਬੈਠਾ ਬੱਦਲ ਕਰਦਿਆ ਫੜ ਕੇ ਗੋਲੀ ਚਲਾ ਦਿੱਤੀ ਉੱਤੇ ਕਹਿੰਦੇ ਕਿਉਂ ਕਹਿੰਦੇ ਬੱਦਲ ਨੇ ਲਲਕਾਰ ਮਾਰੀ ਸਿੰਘ ਨੇ ਜਵਾਬ ਦੇ ਦਿੱਤਾ ਇਹੋ ਜਿਹੇ ਸੂਰਮੇ ਸਾਰਥਕ ਖਾਲਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੈਦਾ ਕੀਤੇ ਸੋ ਕਹਿੰਦੇ ਨੇ ਮੇਰਾ ਜਿਹੜਾ ਛੱਡਿਆ ਹੋਇਆ ਕੰਮ ਅਧੂਰਾ ਕੰਮ ਹੈ ਉਹ ਖਾਲਸਾ ਪੂਰਾ ਕਰੇਗਾ ਤੇ ਅੱਗੇ ਦਇਆ ਕਰਦੇ ਨੇ ਖਾਲਸਾ ਮੇਰੋ ਸੁੱਖ ਅਹਿਲਾਦ ਦੇਖੋ ਸ਼ਬਦ ਮਹਾਰਾਜ ਨੇ ਕਿਵੇਂ ਵਰਤੇ ਨੇ ਖਾਲਸਾ ਮੇਰਾ ਜਿਹੜਾ ਸੁੱਖ ਹੈ ਅਹਿਲ ਕਹਿੰਦੇ ਨੇ ਜਿਹੜਾ ਪੰਜਾਬੀ ਦੇ ਵਿੱਚ ਆਪਾਂ ਬੋਲਦੇ ਨਾ ਅਹਿਲਾ ਅਹਿਲਾ ਕਹਿੰਦੇ ਨੇ ਬਹੁਤ ਵਧੀਆ ਹੋਵੇ ਜਿਹੜਾ ਅਹਿਲਾ ਆਦਿ ਮਤਲਬ ਵਧੀਆ ਤੋਂ ਵਧੀਆ ਸੁੱਖ ਆਦਿ ਐਕਸਟਰਾ ਨੇ ਜਿਹੜੇ ਸਭ ਤੋਂ ਵਧੀਆ ਸੁੱਖ ਜਿੰਨੇ ਕਹੇ ਜਾ ਸਕਦੇ ਨੇ ਉਹ ਮੈਨੂੰ ਪ੍ਰਾਪਤ ਹੁੰਦੇ ਨੇ ਖਾਲਸੇ ਦੇ ਦਰਸ਼ਨ ਕਰਕੇ ਜਦੋਂ ਮੈਨੂੰ ਖਾਲਸਾ ਮਿਲ ਜਾਂਦਾ ਹੈ ਤਾਂ ਮੈਂ ਖਾਲਸੇ ਦੇ ਦਰਸ਼ਨ ਕਰਕੇ ਸਭ ਤੋਂ ਪ੍ਰਸੰਨਤਾ ਮੈਨੂੰ ਖਾਲਸੇ ਦੇ ਦਰਸ਼ਨ ਕਰਕੇ ਪ੍ਰਾਪਤ ਹੁੰਦੀ ਹੈ ਮਹਾਰਾਜ ਨੇ ਇੰਨਾ ਵਰ ਦਿੱਤਾ ਹੋਇਆ ਨਾ ਪੁਰਾਣੇ ਸਮੇਂ ਦੇ ਵਿੱਚ ਜਿੰਨੇ ਸਿੰਘ ਸਨ ਜੇ ਕਿਸੇ ਨੇ ਕਹਿਣਾ ਵੀ ਮਹਾਰਾਜ ਮੈਨੂੰ ਦਰਸ਼ਨ ਕਿਵੇਂ ਹੋਣਗੇ ਆਪ ਜੀ ਦੇ ਦਰਸ਼ਨ ਕਿਵੇਂ ਹੋਣਗੇ ਕਹਿੰਦੇ ਜਿੱਥੇ ਪੰਜ ਸਿੱਖ ਬੈਠੇ ਹੋਣ ਨਾ ਰਹਿਤਵਾਨ ਉਹਨਾਂ ਨੂੰ ਜਾ ਕੇ ਨਮਸਕਾਰ ਕਰਦੀ ਉਹਨਾਂ ਦੇ ਵਿੱਚ ਮੈਂ ਹੀ ਹੁੰਦਾ ਮੇਰੇ ਦਰਸ਼ਨ ਹੋ ਜਾਂਦੇ ਕਹਿੰਦੇ ਜੀ ਜੇ ਪੰਜ ਨਾ ਮਿਲਣ ਕਹਿੰਦੇ ਫਿਰ ਚਾਰਾਂ ਦੇ ਕਰ ਲਈ ਗੱਲ ਕਰਦੇ ਕਰਦੇ ਇੱਕ ਤੇ ਆ ਗਈ ਕਹਿੰਦੇ ਜੇ ਮਹਾਰਾਜ ਇੱਕ ਬਿਨਾ ਹੋਵੇ ਮਹਾਰਾਜ ਪਤਾ ਕੀ ਕਹਿੰਦੇ ਕਹਿੰਦੇ ਇਉਂ ਕਰੀ ਅੰਮ੍ਰਿਤ ਵੇਲੇ ਉੱਠੀ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰੀ ਨਿਤਨੇਮ ਦਾ ਪਾਠ ਕਰੀ ਤੇ ਪਾਠ ਕਰਨ ਤੋਂ ਬਾਅਦ ਅਰਦਾਸ ਕਰੀ ਅਰਦਾਸ ਕਰਨ ਤੋਂ ਬਾਅਦ ਸ਼ੀਸ਼ੇ ਦੇ ਮੂਹਰੇ ਜਾ ਖੜੀ ਅੱਖਾਂ ਮੀਚ ਕੇ ਦੇਖ ਲਈ ਮੇਰੀ ਤੈਨੂੰ ਦਰਸ਼ਨ ਹੋਣਗੇ ਖਾਲਸਾ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੈਂ ਤੇਰੇ ਵਿੱਚ ਹੀ ਹਾਂ ਖਾਲਸਾ ਤੇਰੇ ਅੰਗ ਸੰਗ ਮੈਂ ਤੁਰਾਂਗਾ ਤੈਨੂੰ ਬਿਪਤਾ ਆਵੇ ਕੋਈ ਤੇਰੇ ਅੰਗ ਸੰਗ ਪਹਿਲੀ ਗੱਲ ਤਾਂ ਬਿਪਤਾ ਆਉਣੀ ਨਹੀਂ ਖਾਲਸੇ ਨੂੰ ਮੈਂ ਤੇਰੇ ਨਾਲ ਸਦਾ ਤੇਰੇ ਨਾਲ ਤੁਰਨ ਵਾਲਾ ਸੋ ਅੱਗੇ ਕਹਿੰਦੇ ਹਨ ਖਾਲਸਾ ਮੇਰੋ ਮਿੱਤਰ ਸਿਖਾਈ ਖਾਲਸਾ ਮੇਰਾ ਜਿਹੜਾ ਹੈ ਨਾ ਇਹ ਮੇਰਾ ਮਿੱਤਰ ਹੈ ਸਖਾ ਹੈ ਮੇਰਾ ਇਹਦੇ ਸੁਭਾਅ ਦੇ ਵਿੱਚ ਮੈਂ ਗੁਣ ਭਰ ਦਿੱਤੇ ਨੇ ਖਾਲਸਾ ਮਿੱਤਰਾਂ ਦੀ ਤਰ੍ਹਾਂ ਦੁਨੀਆਂ ਦੇ ਵਿੱਚ ਵਰਤੇਗਾ ਦੁਨੀਆਂ ਨੂੰ ਸੁੱਖ ਦੇਣ ਵਾਲਾ ਬਣੇਗਾ ਖਾਲਸਾ ਮਾਤ ਪਿਤਾ ਸੁਖਦਾਈ ਮੇਰਾ ਜਿਵੇਂ ਖਾਲਸਾ ਜਿਹੜਾ ਮੇਰੇ ਮਾਤਾ ਪਿਤਾ ਵਾਂਗਣਾ ਹੈ ਇੰਨਾ ਦਾਨ ਦਿੱਤਾ ਮਹਾਰਾਜ ਨੇ ਇੰਨੀਆਂ ਖੁਸ਼ੀਆਂ ਇੰਨਾ ਵਿਸ਼ਵਾਸ ਪ੍ਰਗਟ ਕੀਤਾ ਖਾਲਸੇ ਤੇ ਮੈਨੂੰ ਪਾਲਣ ਵਾਲਾ ਵੀ ਖਾਲਸਾ ਇੰਨੀ ਨਿਮਰਤਾ ਦੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ ਤੇ ਆਪ ਦੇਖੋ 500 ਬ੍ਰਹਮ ਗਿਆਨੀ ਅਨੰਦਪੁਰ ਦੇ ਕਿਲ੍ਹੇ ਤੋਂ ਬਾਹਰ ਦੂਜੇ ਕਿਲ੍ਹੇ ਦੇ ਵਿੱਚ ਰਹਿੰਦੇ ਸਨ ਜਿਹੜਾ ਲੋਹਗੜ੍ਹ ਦਾ ਕਿਲ੍ਹਾ ਉੱਥੇ ਸ਼ਸਤਰ ਹੁੰਦੇ ਸਨ ਉੱਥੇ 500 ਬ੍ਰਹਮ ਗਿਆਨੀ ਰਹਿੰਦੇ ਸਨ ਪ੍ਰਸ਼ਾਦੀ ਹਾਥੀ ਦੇ ਉੱਤੇ ਕਲਗੀਧਰ ਮਹਾਰਾਜ ਪ੍ਰਸ਼ਾਦਾ ਲੈ ਕੇ ਨਾਲ ਸੇਵਕ ਜਾਂਦੇ ਸਨ ਉਹਨਾਂ ਸਾਰਿਆਂ ਨੂੰ 500 ਨੂੰ ਆਪਣੇ ਹੱਥੀਂ ਪ੍ਰਸ਼ਾਦ ਛਕਾ ਕੇ ਆਉਂਦੇ ਸਨ ਜਿਹੜੇ ਆਪਾਂ ਕਵਿਤਾਵਾਂ ਦੇ ਵਿੱਚ ਸੁਣਦੇ ਹਾਂ ਵੀ ਸਾਧਾ ਨੇ ਤੇਰਾ ਆਹ ਕਰਤਾ ਜੀ ਸਾਧਾ ਨੇ ਪੰਥ ਖਾ ਲਿਆ ਉਹ ਸਾਧ ਨਹੀਂ ਭਾਈ ਇਹੋ ਜਿਹੇ ਲਫ਼ਜ਼ ਨਾ ਵਰਤਿਆ ਕਰੀਏ ਆਪਾਂ ਪੰਥ ਨੂੰ ਇਹ ਪਖੰਡੀ ਸਾਧ ਨਹੀਂ ਖਾ ਸਕਦੇ ਇਹ ਪਖੰਡੀ ਨੇ ਸਾਧ ਨਹੀਂ ਹਨ ਇਹ ਜਿਹੜਾ ਸਾਧ ਹੈ ਉਹ ਤਾਂ ਪੂਰਨ ਰੂਪ ਦੇ ਵਿੱਚ ਸਾਧ ਹੁੰਦਾ ਸੋ ਅੱਜ ਸਾਧ ਨਾ ਸੁਣ ਕੇ ਸਾਡੇ ਅੰਦਰ ਨਫ਼ਰਤ ਪੈਦਾ ਹੋ ਜਾਂਦੀ ਤੇ ਮਹਾਰਾਜ ਤਾਂ ਕਹਿੰਦੇ ਨੇ
ਜਿਸ ਪਾਸੇ ਦ੍ਰਿਸ਼ਟ ਕਰਦੇ ਵੇ ਅੰਮ੍ਰਿਤ ਦ੍ਰਿਸ਼ਟ ਵੇਖੇ ਹੋਏ ਸੰਤ ਜਿੱਧਰ ਨੂੰ ਗੁਰੂ ਦ੍ਰਿਸ਼ਟੀ ਕਰਦੀ ਕਰ ਦੇਵੇ ਨਾ ਅੰਮ੍ਰਿਤਮਈ ਉੱਥੇ ਸੰਤ ਪੈਦਾ ਹੋ ਜਾਂਦਾ ਪਰ ਸੰਤ ਕੌਣ ਆਪਾਂ ਬਾਣੀ ਪੜ੍ਹਦੇ ਨਹੀਂ ਤੇ ਮਹਾਰਾਜ ਨੇ ਤਾਂ ਇਹ ਖਾਲਸੇ ਦੇ ਗੁਣ ਦਰਸਾਇਆ ਵੀ ਖਾਲਸੇ ਦੇ ਅੰਦਰ ਇੰਨੇ ਗੁਣ ਨੇ ਜੇ ਇਹਦੇ ਅੰਦਰ ਇਹ ਗੁਣ ਹੋਣ ਉਹ ਖਾਲਸਾ ਹੈ ਜਿਹਦੇ ਅੰਦਰ ਗੁਣ ਸਾਧ ਵਾਲੇ ਹੋਣ ਸਾਧ ਬਣ ਜਾਂਦਾ ਹੈ ਇਸ ਕਰਕੇ ਦਇਆ ਕਰਦੇ ਨੇ ਖਾਲਸਾ ਮਾਤ ਪਿਤਾ ਸੁਖਦਾਈ ਖਾਲਸਾ ਮੇਰੀ ਸ਼ੋਭਾਸ਼ੀਲ ਮੇਰੀ ਸ਼ੋਭਾ ਵਧਾਉਣ ਵਾਲਾ ਮੇਰਾ ਖਾਲਸਾ ਹੈ ਸ਼ੀਲ ਸੁਭਾਅ ਨੇਕੀ ਦੇ ਗੁਣ ਹਨ ਜਿਹੜੇ ਮੇਰੀ ਦੁਨੀਆਂ ਸਿੱਖ ਕਰਦੀ ਹੈ ਮੇਰੇ ਖਾਲਸੇ ਕਰਕੇ ਕਰਦੀ ਇੰਨੇ ਨਿਮਨ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੀ ਨੇਕੀ ਔਰ ਸੋਭਾ ਜਿਹੜੀ ਮੇਰੇ ਖਾਲਸੇ ਕਰਕੇ ਹੈ ਅੱਗੇ ਕਹਿੰਦੇ ਖਾਲਸਾ ਬੰਧ ਸਖਾ ਸਦ ਡੀਲ ਡੀਲ ਡੌਲ ਵਾਲਾ ਮੇਰਾ ਖਾਲਸਾ ਮੇਰਾ ਬੰਧਕ ਮੇਰਾ ਰਿਸ਼ਤੇਦਾਰ ਵੀ ਖਾਲਸਾ ਮੇਰਾ ਸਖਾ ਮੇਰਾ ਮਿੱਤਰ ਵੀ ਖਾਲਸਾ ਸਦਾ ਚੜ੍ਹਦੀਆਂ ਕਲਾਂ ਵਾਲਾ ਸੋਹਣੇ ਸਰੀਰ ਵਾਲਾ ਗੰਢੇ ਹੋਏ ਸਰੀਰ ਵਾਲਾ ਡੀਲ ਵਾਲਾ ਡੀਲ ਡੌਲ ਵਾਲਾ ਮੇਰਾ ਖਾਲਸਾ ਹੈ ਅੱਗੇ ਕਹਿੰਦੇ ਨੇ ਖਾਲਸਾ ਮੇਰੀ ਜਾਤਰ ਪੱਤ ਜਦੋਂ ਖਾਲਸੇ ਨੂੰ ਅੰਮ੍ਰਿਤ ਛਕਾਇਆ ਨਾ ਉਦੋਂ ਮਹਾਰਾਜ ਨੇ ਇਹ ਬਲ ਦਿੱਤੇ ਸਨ ਖਾਲਸਾ ਤੇਰਾ ਧਰਮ ਨਾਸ਼ ਤੇਰਾ ਕਰਮ ਨਾਸ਼ ਜਾਤ ਨਾਸ਼ ਭਰਮ ਨਾਸ਼ ਨਾ ਤੇਰੀ ਜਾਤ ਹੈ ਨਾ ਤੇਰੇ ਕੋਈ ਭਰਮ ਰਿਹਾ ਨਾ ਤੇਰਾ ਕਰਮ ਰਿਹਾ ਕੋਈ ਪੁਰਾਣਾ ਨਾ ਜਾਤ ਨਾਸ਼ ਪਤ ਨਾਸ਼ ਕਰਮ ਨਾਸ਼ ਧਰਮ ਨਾਸ਼ ਭਰਮ ਨਾਸ਼ ਸਭ ਕੁਛ ਕਰਮ ਕਰ ਦਿੱਤਾ ਨਾਸ਼ ਕਰ ਦਿੱਤਾ ਤੇ ਜੇ ਹੁਣ ਜਾਤ ਨੂੰ ਚੱਕੀ ਫਿਰਦਾ ਫਿਰ ਆਪਾਂ ਖਾਲਸੇ ਕਹਦੇ ਹਾਂ ਜੇ ਪੁਰਾਣੇ ਕਰਮਾਂ ਨੂੰ ਚੱਕੀ ਫਿਰਦੇ ਹਾਂ ਆਪਾਂ ਖਾਲਸੇ ਕਹਦੇ ਹਾਂ ਜੇ ਭਰਮ ਪੁਰਾਣੇ ਲਈ ਫਿਰਦੇ ਹੈ ਮੈਨੂੰ ਹੁਣ ਵੀ ਇੱਕ ਦਿਨ ਇੱਕ ਸਿੱਖ ਨੇ ਕਿਹਾ ਕਹਿੰਦੇ ਇੱਥੇ ਕਿ ਤੇਲ ਚੜ੍ਹਾ ਕੇ ਜਾਂਦਾ ਕੋਈ ਮਹਾਂ ਦੀ ਦਾਲ ਚੜ੍ਹਾ ਕੇ ਜਾਂਦਾ ਮੈਂ ਕਿਹਾ ਉਹ ਜਿਹੜੀਆਂ ਗੱਲਾਂ ਛੱਡੀਆਂ ਨੇ ਗੁਰੂ ਮਹਾਰਾਜ ਨੇ ਉਹੀ ਉਹਨਾਂ ਦੇ ਵਿੱਚ ਆਪਾਂ ਫੇਰ ਪਿਆ ਜੇ ਆਪਣੇ ਕਿਤੋਂ ਇਹ ਭਰਮ ਨਿਕਲੇ ਨਹੀਂ ਹਨ ਇਹ ਸਭ ਕੁਛ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਮੱਥਾ ਟੇਕ ਦਿੰਦੇ ਹਾਂ ਨਾ ਇਹ ਸਾਰਾ ਕੁਛ ਮਹਾਰਾਜ ਨੇ ਨਾਸ਼ ਕਰ ਦਿੱਤਾ ਤੇ ਫੇਰ ਖਾਲਸੇ ਦੀ ਪਦਵੀ ਮਹਾਰਾਜ ਨੇ ਸਿੰਘਾਂ ਨੂੰ ਦਿੱਤੀ ਸੁਣ ਕੇ ਦਇਆ ਕਰਦੇ ਹਨ ਕਿ ਖਾਲਸਾ ਬੰਧ ਸਖਾ ਸਤ ਡੀਲ ਖਾਲਸਾ ਮੇਰੀ ਜਾਤ ਅਰਪਤ ਖਾਲਸਾ ਹੈ ਸੋ ਮਾ ਕਹੋ ਉਤਪਤ ਦੇਖੋ ਕਿੱਡਾ ਵੱਡਾ ਦਾਨ ਦਿੱਤਾ ਹੈ ਮੈਂ ਜਿਹੜਾ ਮੇਰੀ ਗੁਰਿਆਈ ਹੈ ਨਾ ਮੇਰਾ ਪ੍ਰਕਾਸ਼ ਹੋਣਾ ਉਹ ਖਾਲਸੇ ਕਰਕੇ ਹੈ ਮੈਂ ਪੈਦਾ ਹੀ ਮੇਰਾ ਪ੍ਰਕਾਸ਼ ਹੀ ਖਾਲਸੇ ਕਰਕੇ ਹੋਇਆ ਖਾਲਸਾ ਜਿਹੜਾ ਹੈ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਪਰਮੇਸ਼ਰ ਦੀ ਮੌਜ ਦੇ ਵਿੱਚੋਂ ਖਾਲਸਾ ਪ੍ਰਗਟ ਹੋਇਆ ਮੈਂ ਪੈਦਾ ਹੀ ਖਾਲਸੇ ਦੀ ਵਡਿਆਈ ਕਰਕੇ ਖਾਲਸੇ ਨੇ ਦਇਆ ਕੀਤੀ ਹੈ ਇੰਨੀ ਨਿਮਰਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਬਚਨਾਂ ਦੇ ਵਿੱਚ ਖਾਲਸਾ ਮੇਰੋ ਭਵਨ ਭੰਡਾਰ ਖਾਲਸਾ ਕਰ ਮੇਰੋ ਸਤਕਾਰ ਦੇਖੋ ਇਹ ਪੈਗੰਬਰੀ ਬਚਨ ਹਨ ਸਤਿਗੁਰਾਂ ਦੇ ਖਾਲਸਾ ਮੇਰੋ ਭਵਨ ਭੰਡਾਰ ਖਾਲਸਾ ਜਿਹੜੇ ਅਨਾਜ ਦੇ ਭੰਡਾਰ ਭਰੇ ਹੋਏ ਨੇ ਜਿੰਨਾ ਦਾਨ ਮੈਂ ਦੇਖਿਆ ਆਪਣੇ ਖਜ਼ਾਨਿਆਂ ਦੇ ਵਿੱਚ ਇਹ ਮੇਰੇ ਖਾਲਸੇ ਕਰਕੇ ਹੈ ਇਹ ਮੇਰੇ ਖਾਲਸੇ ਕਰਕੇ ਹੈ ਖਾਲਸਾ ਹੈ ਕਰ ਮੇਰੋ ਸਤਿਕਾਰ ਮੇਰਾ ਜਿੰਨਾ ਦੁਨੀਆਂ ਸਤਿਕਾਰ ਕਰਦੀ ਹੈ ਸਾਰੀ ਧਰਤੀ ਦੇ ਉੱਤੇ ਇਹ ਮੇਰੇ ਸਪੁੱਤਰ ਖਾਲਸੇ ਕਰਕੇ ਹੈ ਮੇਰਾ ਸਤਿਕਾਰ ਦੇਖੋ ਇੰਨੀ ਨਿਮਰਤਾ ਗੁਰੂ ਦੇ ਅੰਦਰ ਖਾਲਸੇ ਨੂੰ ਇੰਨੀ ਵਡਿਆਈ ਦਿੱਤੀ ਹੈ ਮਹਾਰਾਜ ਨੇ ਮੇਰਾ ਸਤਿਕਾਰ ਹੈ ਜਿਹੜਾ ਮੇਰੇ ਖਾਲਸੇ ਕਰਕੇ ਹੈ ਖਾਲਸਾ ਮੇਰੋ ਪਿੰਡ ਪ੍ਰਾਣ ਤੇ ਹੋਰ ਦਇਆ ਦੇ ਵਿੱਚ ਘਰ ਦੇ ਵਿੱਚ ਆਏ ਨੇ ਖਾਲਸਾ ਪਿੰਡ ਕਹਿੰਦੇ ਸਰੀਰ ਨੂੰ ਮੇਰਾ ਸਰੀਰ ਹੈ ਜਿਹੜਾ ਮੇਰਾ ਖਾਲਸਾ ਹੀ ਹੈ ਪ੍ਰਾਣ ਨੇ ਜਿਹੜੇ ਵਿੱਚ ਚੱਲਦੇ ਮੇਰੇ ਪ੍ਰਾਣ ਵੀ ਮੇਰਾ ਖਾਲਸਾ ਹੀ ਹੈ ਮੇਰੇ ਪ੍ਰਾਣ ਵੀ ਖਾਲਸਾ ਮੇਰਾ ਪਿੰਡ ਵੀ ਖਾਲਸਾ ਸਰੀਰ ਮੇਰਾ ਸਰੀਰ ਵੀ ਖਾਲਸਾ ਮੇਰੇ ਪ੍ਰਾਣ ਵੀ ਖਾਲਸਾ ਇਹ ਅੱਗੇ ਦਇਆ ਕਰਦੇ ਹਨ ਖਾਲਸਾ ਮੇਰੀ ਜਾਨ ਕੀ ਜਾਨ ਸਰੀਰ ਦੇ ਅੰਦਰ ਜਾਨ ਹੈ ਜਿਹੜੀ ਸਰੀਰ ਦੇ ਅੰਦਰ ਜਿੰਨਾ ਚਿਰ ਜਾਨ ਹੈ ਆਤਮਾ ਹੈ ਉਹਨਾਂ ਚਿਰ ਸਰੀਰ ਚੱਲਦਾ ਹੈ ਤੇ ਮਹਾਰਾਜ ਬਾਣੀ ਦੇ ਵਿੱਚ ਵਚਨ ਕਰਦੇ ਹਨ ਕਿ ਤਿਚਰ ਵਸੈ ਸੁਹੇਲੜੀ ਜਿਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਧਨ ਠਾਕੂ ਨਾਲ ਜਿੰਨਾ ਚਿਰ ਆਤਮਾ ਸਰੀਰ ਦੇ ਵਿੱਚ ਉਹਨਾਂ ਚਿਰ ਸਰੀਰ ਚੱਲਦਾ ਜਦ ਸਰੀਰ ਦੇ ਵਿੱਚ ਉਹ ਆਤਮਾ ਨਿਕਲ ਗਈ ਸਰੀਰ ਮਿੱਟੀ ਹੋ ਗਿਆ ਮਹਾਰਾਜ ਕਹਿੰਦੇ ਨੇ ਖਾਲਸਾ ਮੇਰੀ ਜਾਨ ਹੈ ਖਾਲਸਾ ਮੇਰੀ ਆਤਮਾ ਹੈ ਉਦੋਂ ਅੱਗੇ ਵੱਧ ਕੇ ਕਹਿੰਦੇ ਖਾਲਸਾ ਮੇਰੀ ਆਤਮਾ ਦੀ ਵੀ ਆਤਮਾ ਹੈ ਇਹਨਾਂ ਦਾਨ ਖਾਲਸੇ ਨੂੰ ਬਖਸ਼ਿਸ਼ ਕੀਤਾ ਖਾਲਸਾ ਮਾਨ ਮਹੱਤ ਮੇਰੋ ਖਾਲਸਾ ਸਹੀ ਮੇਰਾ ਮਾਨ ਮੇਰਾ ਮਹੱਤ ਮੇਰਾ ਖਾਲਸਾ ਹੈ ਮੇਰੇ ਸਿਧਾਂਤ ਸਾਰੇ ਮੇਰਾ ਉਪਦੇਸ਼ ਮੇਰਾ ਖਾਲਸਾ ਹੈ ਖਾਲਸਾ ਮੇਰੋ ਸਵਾਰਥ ਕਹੀ ਜਿਹੜਾ ਮੇਰਾ ਮਨੋਰਥ ਹੈ ਜ਼ਿੰਦਗੀ ਦਾ ਮੇਰਾ ਖਾਲਸਾ ਹੀ ਹੈ ਅੱਗੇ ਦਇਆ ਕਰਦੇ ਨੇ ਖਾਲਸਾ ਮੇਰੋ ਕਰੈ ਨਿਰਵਾਹ
ਖਾਲਸਾ ਮੇਰੋ ਦੇਹ ਅਰਸਾ ਮੇਰਾ ਦਰਵਾਹ ਹੈ ਜਿਹੜਾ ਖਾਲਸੇ ਕਰਦੀ ਹੋਈ ਹੈ ਖਾਲਸਾ ਮੇਰੋ ਦੇਹ ਅਰਸਾ ਸਿੱਧੇ ਸਾਦੇ ਲਫ਼ਜ਼ਾਂ ਵਿੱਚ ਦਇਆ ਕਰਦੇ ਹਨ ਖਾਲਸਾ ਮੇਰੀ ਦੇਹ ਹੈ ਦੇਹ ਦੇ ਵਿੱਚ ਸਵਾਸ ਚੱਲਦੇ ਨੇ ਜਿਹੜੇ ਇਹ ਵੀ ਮੇਰਾ ਖਾਲਸਾ ਸੋ ਕੇ ਕਹਿੰਦੇ ਖਾਲਸਾ ਮੇਰੋ ਧਰਮਰੋ ਕਰਮ ਖਾਲਸਾ ਮੇਰੋ ਭੇਦ ਨਿਜ ਭਰਮ ਨਿਜ ਮਰਮ ਖਾਲਸਾ ਮੇਰਾ ਜਿਹੜਾ ਹੈ ਇਹ ਮੇਰਾ ਧਰਮ ਹੈ ਜਿਹੜਾ ਜ਼ਿੰਦਗੀ ਦਾ ਮੇਰਾ ਖਾਲਸਾ ਹੈ ਤੁਰਿਆ ਫਿਰਦਾ ਜਿਹੜਾ ਖਾਲਸਾ ਹੈ ਨਾ ਕਰਮ ਕਰਦਾ ਮਹਾਰਾਜ ਕਹਿੰਦੇ ਨੇ ਮੇਰਾ ਧਰਮ ਇਹ ਖਾਲਸਾ ਹੈ ਜਿਹੜਾ ਖਾਲਸਾ ਕਰਮ ਕਰਦਾ ਹੈ ਇਹ ਵੀ ਮੇਰਾ ਖਾਲਸਾ ਹੈ ਜਿਹੜੇ ਖਾਲਸੇ ਕਰਮ ਕਰਦੇ ਨੇ ਖਾਲਸੇ ਦੇ ਕਰਮ ਹੀ ਮੇਰੇ ਕਰਮ ਹੈ ਇਹਨਾਂ ਦੇ ਵਿੱਚ ਹੋ ਕੇ ਕਰਮ ਕਰਦਾ ਖਾਲਸਾ ਮੇਰੋ ਭੇਦ ਨਿਜ ਮਰਮ ਮੇਰਾ ਨਿਜ ਦਾ ਮਰਮ ਮਰਮ ਕਹਿੰਦੇ ਨੇ ਜਿੱਥੋਂ ਭੇਦ ਖੁੱਲ ਜਾਵੇ ਕਿਸੇ ਚੀਜ਼ ਦਾ ਸੋ ਜਿਹਨੇ ਖਾਲਸੇ ਦੀ ਸੇਵਾ ਕਰ ਲਈ ਜਿਹਨੇ ਖਾਲਸੇ ਦੀ ਸੰਗਤ ਕਰ ਲਈ ਮੇਰੇ ਤੱਕ ਪਹੁੰਚਣ ਲਈ ਸਾਰੇ ਹੀ ਭੇਦ ਉਹਦੇ ਖੁੱਲ ਜਾਂਦੇ ਜੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੇੜੇ ਜਾਣਾ ਹੋਵੇ ਉਹਦੇ ਖਾਲਸੇ ਦੇ ਨੇੜੇ ਜਾਵੇ ਕਹਿੰਦੇ ਨੇ ਸਾਰੇ ਭੇਦ ਖੁੱਲ ਜਾਂਦੇ ਨੇ ਉਹਦੇ ਸੋ ਅੱਗੇ ਦਇਆ ਕਰਦੇ ਨੇ ਖਾਲਸਾ ਮੇਰਾ ਸਤਿਗੁਰੂ ਪੂਰਾ ਪੂਰਨ ਰੂਪ ਦੇ ਵਿੱਚ ਜਿਹੜਾ ਖਾਲਸਾ ਹੈ ਮੇਰੇ ਸਤਿਗੁਰੂ ਦੇ ਸਮਾਨ ਹੈ ਇਹ ਵਰਦੇ ਦੇ ਤਾਂ ਚਮਕੌਰ ਦੀ ਗੜੀ ਦੇ ਵਿੱਚ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਕੇ ਆਪਣਾ ਜਾਮਾ ਪਵਾ ਕੇ ਮਹਾਰਾਜ ਨੇ ਉਹਨੂੰ ਇਹ ਵਰਦੇ ਦਿੱਤਾ ਵੀ ਖਾਲਸਾ ਲੈ ਗੁਰਿਆਈ ਤੈਨੂੰ ਦੇ ਦਿੱਤੀ ਪੂਰਨ ਬਣਾ ਦਿੱਤਾ ਖਾਲਸੇ ਨੂੰ ਸਤਿਗੁਰੂ ਕੀ ਹਜ਼ੂਰੀ ਦੇ ਅੰਦਰ ਖਾਲਸਾ ਜਿਹੜਾ ਪੂਰਨ ਸਤਿਗੁਰੂ ਹੈ ਖਾਲਸਾ ਮੇਰੋ ਸਵਜਨ ਸੂਰਾ ਨਿਜ ਰੂਪ ਦੇ ਵਿੱਚ ਖਾਲਸਾ ਮੇਰਾ ਸੂਰਮਾ ਧਰਤੀ ਦੇ ਉੱਤੇ ਮੇਰਾ ਵੀ ਰੂਪ ਹੈ ਧਰਤੀ ਦੇ ਉੱਤੇ ਇਹ ਮੇਰਾ ਖਾਲਸਾ ਹੈ ਸਗੋਂ ਕਹਿੰਦੇ ਨੇ ਉਪਮਾ ਖਾਲਸਾ ਜਾਤ ਨਾ ਕਹੀ ਜਿਹਾ ਏਕ ਪਾਰ ਮਹਿ ਲਹੀ ਭਾਈ ਖਾਲਸੇ ਦੀ ਇੰਨੀ ਉਪਮਾ ਹੈ ਇੰਨੀ ਵਡਿਆਈ ਹੈ ਮੇਰੀ ਜੀਭ ਹੈ ਜਿਹੜੀ ਇਹ ਵਡਿਆਈ ਕਹਿ ਨਹੀਂ ਸਕਦੀ ਖਾਲਸੇ ਦੀ ਵਡਿਆਈ ਮੇਰੇ ਤੋਂ ਕਹਿ ਨਹੀਂ ਹੁੰਦੀ ਜਿਹਾ ਏਕ ਪਾਰ ਮਹਿ ਲਹੀ ਮੇਰੀ ਇੱਕ ਜੀਭ ਹੈ ਪਰ ਖਾਲਸੇ ਦੀ ਵਡਿਆਈ ਮੇਰੇ ਤੋਂ ਕਹੀ ਨਹੀਂ ਜਾਂਦੀ ਇੰਨੀ ਵਡਿਆਈ ਕਹਿੰਦੇ ਨੇ ਅੱਗੇ ਅੱਗੇ ਉਦਾਹਰਣਾਂ ਦੇ ਕੇ ਦੱਸਦੇ ਨੇ ਕਿਰਪਾ ਕਰਦੇ ਨੇ ਸ਼ੇਸ਼ ਰਸਨ ਸਾਰਦ ਸੀ ਬੁੱਧ ਜੇ ਹੁਣ ਮੈਂ ਵਡਿਆਈ ਕਰਨੀ ਹੋਵੇ ਕਹਿੰਦੇ ਸ਼ੇਸ਼ ਰਸਨ ਸ਼ੇਸ਼ ਨਾਗ ਹੈ ਜਿਹੜਾ ਜੇ ਧਰਤੀ ਚੱਕੀ ਹੋਈ ਪੁਰਾਣਾ ਦੇ ਵਿੱਚ ਉਹਦੀ ਉਦਾਹਰਣ ਦੇ ਕੇ ਤਸਵੀਰ ਦੇ ਕੇ ਕਹਿੰਦੇ ਉਹਦੇ ਹਜ਼ਾਰ ਜੀਵ ਹੈ ਉਹ ਰੋਜ਼ ਪਰਮੇਸ਼ਰ ਦਾ ਨਵਾਂ ਨਾਮ ਲੈਂਦਾ ਫਿਰ ਵੀ ਨੇਤ ਕਹਿੰਦੇ ਨਾਂ ਨਹੀਂ ਮੁੱਕਦੇ ਕਹਿੰਦੇ ਜੇ ਮੇਰੀ ਰਸਨਾ ਸ਼ੇਸ਼ ਨਾਗ ਵਰਗੀਆਂ ਜਿੰਨੀਆਂ ਮੈਨੂੰ ਰਸਨਾ ਪ੍ਰਾਪਤ ਹੋ ਜਾਣ ਸਾਰਦ ਸੀ ਬੁੱਧ ਜਿਹੜੀ ਵਿਦਿਆ ਦੀ ਦੇਵੀ ਹੈ ਸ਼ਾਰਦਾ ਉਹਦੇ ਵਰਗੀ ਮੇਰੀ ਨਿਰਮਲ ਬੁੱਧ ਹੋ ਜਾਵੇ ਤਦੇ ਆਪਣਾ ਉਪਮਾ ਵਰਣਤ ਸੁੱਧ ਇਹੋ ਜਿਹੀ ਜੀਵ ਹੋਵੇ ਇਹੋ ਜਿਹੀ ਵਿਦਿਆ ਮੇਰੇ ਕੋਲ ਹੋਵੇ ਖਾਲਸੇ ਦੀ ਵਡਿਆਈ ਮੇਰੇ ਤੋਂ ਫੇਰ ਨਹੀਂ ਹੁੰਦੀ ਖਾਲਸੇ ਦੀ ਵਡਿਆਈ ਮੈਂ ਫੇਰ ਵੀ ਨਹੀਂ ਕਰ ਸਕਦਾ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਕਹਿੰਦੇ ਜਾਂ ਮੈਂ ਰੰਚਨਾ ਮਿਤਿਆ ਭਾਖੀ ਖਾਲਸਾ ਜੀ ਇਸ ਗੱਲ ਦੇ ਵਿੱਚ ਰੰਚ ਕਹਿੰਦੇ ਰਤੀ ਮਾਤਰ ਵੀ ਮੈਂ ਕੋਈ ਮਿੱਥਿਆ ਗੱਲ ਨਹੀਂ ਕਰੀ ਬਣਾ ਕੇ ਗੱਲ ਨਹੀਂ ਕਰੀ ਸੱਚ ਕਹਿ ਰਿਹਾ ਹਾਂ ਪਾਰ ਬ੍ਰਹਮ ਗੁਰੂ ਨਾਨਕ ਸਾਖੀ ਗੁਰੂ ਨਾਨਕ ਸਾਹਿਬ ਨੂੰ ਅੰਗ ਸੰਗ ਜਾਣ ਕੇ ਤੇ ਪਰਮੇਸ਼ਰ ਨੂੰ ਅੰਗ ਸੰਗ ਜਾਣ ਕੇ ਸਾਰੀ ਗੱਲ ਕਹੀ ਹੈ ਜੱਗੇ ਕਹਿੰਦੇ ਰੋਮ ਰੋਮ ਜੋ ਰੋਮ ਰੋਮ ਰਸਨਾ ਜੋ ਪਾਵਾਂ ਰੋਮ ਰੋਮ ਜੇ ਮੈਂ ਸਰੀਰ ਦੇ ਜਿੰਨੇ ਰੋਮ ਨੇ ਉਹਨਾਂ ਜਿੰਨੀਆਂ ਰਸਨਾ ਪ੍ਰਾਪਤ ਕਰ ਲਵਾਂ ਤਦੇ ਉਹਨਾਂ ਖਾਲਸ ਜਸੈ ਤਰਾਵ ਖਾਲਸੇ ਦਾ ਜਸ ਸਮੁੰਦਰ ਦੀ ਤਰ੍ਹਾਂ ਹੈ ਫਿਰ ਵੀ ਮੈਂ ਖਾਲਸੇ ਦੇ ਜਸ ਵਿੱਚ ਤਰ ਕੇ ਪਾਰ ਨਹੀਂ ਕਰ ਸਕਦਾ ਇੰਨਾ ਜਸ ਇੰਨੀ ਵਡਿਆਈ ਮੇਰੇ ਖਾਲਸੇ ਵਿੱਚ ਹੈ ਹਾਂ ਖਾਲਸੇ ਕਹੋ ਖਾਲਸਾ ਮੇਰੋ ਮੈਂ ਖਾਲਸੇ ਦਾ ਤੇ ਖਾਲਸਾ ਮੇਰਾ ਹੈ ਬਹੁਤ ਬਹੁਤ ਸਾਗਰ ਗੁਣ ਦੇਰੋ ਜਿਵੇਂ ਸਾਗਰ ਦੇ ਵਿੱਚ ਸਮੁੰਦਰ ਦੇ ਵਿੱਚ ਲਹਿਰਾਂ ਪੈਦਾ ਹੁੰਦੀਆਂ ਨੇ ਸਾਗਰ ਵਿੱਚ ਸਮਾ ਜਾਂਦੀਆਂ ਨੇ ਬੂੰਦਾਂ ਪੈਦਾ ਹੁੰਦੀਆਂ ਨੇ ਬੂੰਦ ਉਹਦੇ ਵਿੱਚ ਸਮਾ ਜਾਂਦੀਆਂ ਨੇ ਇਵੇਂ ਖਾਲਸਾ ਮੇਰੇ ਵਿੱਚ ਸਮਾਇਆ ਹੋਇਆ ਮੈਂ ਖਾਲਸੇ ਦੇ ਵਿੱਚ ਸਮਾਇਆ ਹੋਇਆ ਖਾਲਸਾ ਕਾ ਪੁਰਖ ਕੀ ਫੌਜ ਪ੍ਰਗਟੇ ਉਹ ਖਾਲਸਾ ਪਰਮਾਤਮ ਕੀ ਮੌਜ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਤੇ ਖਾਲਸਾ ਜਿਹੜਾ ਪਰਮੇਸ਼ੁਰ ਦੀ ਮੌਜ ਦੇ ਵਿੱਚ ਪਰਮੇਸ਼ੁਰ ਦੀ ਖੁਸ਼ੀ ਦੇ ਵਿੱਚ ਪੈਦਾ ਹੋਇਆ ਉਹਦੀ ਖੁਸ਼ੀ ਕਰਕੇ ਪੈਦਾ ਹੋਇਆ ਸੋ ਸਤਿਗੁਰੂ ਜੀ ਕਹਿੰਦੇ ਨੇ ਖਾਲਸੇ ਦੀ ਜਿਹਨੇ ਵਡਿਆਈ ਸੁਣ ਲਈ ਨਾ ਜਿਹਨੇ ਜਸ ਸੁਣ ਲਿਆ ਖਾਲਸੇ ਦਾ ਚਾਰ ਕਿਸਮ ਦੀਆਂ ਮੁਕਤੀਆਂ ਨੇ ਸਲੋਕਿਆ ਸਮਾਨਿਆ ਸਰੂਪਿਆ ਤੇ ਸੁਜੁਜਿਆ ਚਾਰੇ ਮੁਕਤੀਆਂ ਨੂੰ ਪ੍ਰਾਪਤ ਚਾਰੇ ਮੁਕਤੀਆਂ ਦਾ ਫਲ ਪ੍ਰਾਪਤ ਹੁੰਦਾ ਹੈ ਚਾਰੇ ਧਰਮ ਦੇ ਫਲ ਨੇ ਜਿਹੜੇ ਧਰਮ ਅਰਥ ਕਾਮ ਮੋਖ ਚਾਰ ਪਦਾਰਥ ਖਾਲਸੇ ਦੇ ਜਸ ਸੁਣ ਕੇ ਉਹਨੂੰ ਆਪਣੇ ਹਿਰਦੇ ਅੰਦਰ ਵਸਾਉਣ ਵਾਲੇ ਨੂੰ ਚਾਰੇ ਫਲ ਧਰਮ ਦੇ ਪ੍ਰਾਪਤ ਹੁੰਦੇ ਨੇ ਧਰਮ ਅਰਥ ਖਰਚਣ ਦੇ ਰੁਪਈਆ ਪੈਸਾ ਕਾਮ ਇੱਛਾਵਾਂ ਦੀ ਪੂਰਤੀ ਹੋ ਜਾਣੀ ਮੁਕਤੀ
ਸਾਰਾ ਕੁਝ ਰਹਿੰਦੇ ਹੋਏ ਗਿਆਨ ਪ੍ਰਾਪਤ ਹੋ ਜਾਣਾ। ਇਹ ਜਦ ਸੁਣ ਵਾਲੇ ਨੂੰ ਪ੍ਰਾਪਤ ਹੁੰਦੇ ਨੇ। ਚਾਰ ਕਿਸਮ ਦੀਆਂ ਮੁਕਤੀਆਂ ਨੇ। ਸਲੋਕਿਆ ਮੁਕਤੀ ਹੁੰਦੀ ਹੈ ਜਿੱਥੇ ਗੁਰੂ ਸਤਿਗੁਰੂ ਵਿਰਾਜਮਾਨ ਨੇ ਉਹਦੇ ਕੋਲ ਜਾ ਕੇ ਬਹਿ ਜਾਣਾ, ਉਸ ਲੋਕ ਦੇ ਵਿੱਚ ਉਹਨੂੰ ਕਹਿੰਦੇ ਸਲੋਕਿਆ ਮੁਕਤੀ। ਜਿਵੇਂ ਆਪਾਂ ਸਾਰੇ ਕੋਲ ਬੈਠੇ ਹਾਂ, ਜਿੰਨਾ ਚਿਰ ਕੋਲ ਬੈਠੇ ਉਹਨਾਂ ਚਿਰ ਆਪਾਂ ਮੁਕਤ ਹਾਂ। ਕੋਈ ਪਾਪ ਗੁਪਤ ਪ੍ਰਗਟ ਨੇੜੇ ਨਹੀਂ ਬਣ ਸਕਦਾ। ਅਤੇ ਸਮੀਪਿਆ ਮੁਕਤੀ, ਗੁਰੂ ਦੇ ਕੋਲ ਹੋ ਜਾਣਾ, ਗੁਣਾਂ ਕਰਕੇ ਗੁਣਾਂ ਨੂੰ ਗ੍ਰਹਿਣ ਕਰ ਲੈਣਾ, ਜਿਹੜੇ ਜਿਹੜੇ ਗੁਣ ਸੁਣਦੇ ਹਨ ਉਹਨਾਂ ਗੁਣਾਂ ਨੂੰ ਸੁਣ ਲੈਣਾ, ਹਿਰਦੇ ਅੰਦਰ ਵਸਾ ਲੈਣਾ। ਇਹ ਸਮੀਪਿਆ ਮੁਕਤੀ, ਗੁਰੂ ਦੇ ਹੋਰ ਕੋਲ ਹੋ ਜਾਣਾ। ਅਤੇ ਸਰੂਪਿਆ ਮੁਕਤੀ ਹੈ, ਗੁਰੂ ਦਾ ਦਿੱਤਾ ਜਿਹੋ ਜਿਹਾ ਗੁਰੂ ਦਾ ਸਰੂਪ ਦਿੱਤਾ ਉਹੋ ਜਿਹਾ ਸਰੂਪ ਧਾਰਨ ਕਰ ਲੈਣਾ। ਖਾਲਸੇ ਨੂੰ ਸਰੂਪ ਦਿੱਤਾ ਮਹਾਰਾਜ ਨੇ, ਆਪ ਵੀ ਉਹੋ ਜਿਹਾ ਰੱਖਿਆ ਅਤੇ ਆਪਾਂ ਨੂੰ ਵੀ ਉਹੀ ਦਿੱਤਿਆ। ਆਪ ਨਿਤਨੇਮ ਕਰਦੇ ਰਹੇ ਨੇ, ਸਾਨੂੰ ਨਿਤਨੇਮ ਦੀ ਦਾਤ ਦਿੱਤੀ ਹੈ। ਆਪ ਪੰਜ ਕਕਾਰ ਹੀ ਰਹੇ ਨੇ, ਸਾਨੂੰ ਪੰਜ ਕਕਾਰਾਂ ਦੀ ਦਾਤ ਦਿੱਤੀ ਹੈ। ਅਤੇ ਆਪ ਜਦੀ ਸਦੀ ਰਹੇ ਨੇ, ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ। ਆਪ ਘੋੜ ਸਵਾਰੀ ਕਰਦੇ ਨੇ, ਸਾਨੂੰ ਵੀ ਇਜਾਜ਼ਤ ਦਿੱਤੀ ਹੈ ਵੀ ਤੁਸੀਂ ਘੋੜ ਸਵਾਰੀ ਕਰਨਾ। ਇਹ ਸਰੂਪ ਆ, ਉਹੋ ਜਿਹਾ ਸਰੂਪ ਧਾਰਨ ਕਰਕੇ ਰਹਿਤਾਂ ਦੇ ਵਿੱਚ ਰਹਿਣਾ, ਇਹ ਸਰੂਪ ਹੈ ਮੁਕਤੀ। ਅਤੇ ਅੱਗੇ ਕਹਿੰਦੇ ਨੇ ਸੁਜੁਜਿਆ ਮੁਕਤੀ। ਸੁਜੁਜਿਆ ਮੁਕਤੀ ਹੁੰਦੀ ਹੈ ਗੁਰੂ ਦੇ ਵਿੱਚ ਹੀ ਸਮਾ ਜਾਣਾ। ਜਦੋਂ ਪੂਰਨ ਤਪੱਸਿਆ ਪੂਰਨ ਹੋ ਜਾਵੇ ਤਾਂ ਉਹ ਸੁਜੁਜਿਆ ਮੁਕਤੀ ਹੈ। ਗੁਰੂ ਹਿਰਦੇ ਅੰਦਰ ਵਸ ਜਾਵੇ, ਹਾਂ ਖਾਲਸੇ ਕਾ ਖਾਲਸਾ ਮੇਰੋ, ਪੋਤ ਪੋਤ ਸਾਗਰ ਹੁੰਦੇ ਹੋ। ਜਿਵੇਂ ਲਹਿਰਾਂ ਸਮੁੰਦਰ ਦੇ ਵਿੱਚ ਪੈਦਾ ਹੁੰਦੀਆਂ ਨੇ, ਸਮੁੰਦਰ ਦੇ ਵਿੱਚ ਸਮਾ ਜਾਂਦੀਆਂ ਨੇ। ਇਵੇਂ ਅਧਿਆਤਮਿਕ ਤੌਰ 'ਤੇ ਗੁਰੂ ਦੇ ਵਿੱਚ ਸਮਾ ਜਾਣਾ ਉਪਦੇਸ਼ ਰਾਣੀ, ਗੁਰੂ ਆਪਣੇ ਉਪਦੇਸ਼ ਰਾਣੀ ਸਿੱਖ ਦੇ ਹਿਰਦੇ ਅੰਦਰ ਸਮਾ ਜਾਂਦਾ। ਸੋ ਇਹ ਜਸ ਹੈ, ਵਡਿਆਈ ਹੈ, ਜਿਹੜੀ ਸਭ ਲੋਕ ਗ੍ਰੰਥ ਦੇ ਵਿੱਚ ਜਿਹੜਾ ਵੱਡਾ ਅਕਾਰੀ ਦਸਮ ਗ੍ਰੰਥ ਜਿੱਡਾ ਗ੍ਰੰਥ ਹੈ, ਇਹਨੂੰ ਇਉਂ ਦਰਸਾਇਆ ਦਸਮ ਗ੍ਰੰਥ ਸਭ ਲੋਕ ਗ੍ਰੰਥ ਨੂੰ, ਬਈ ਇਹ ਦੋਹਾਂ ਗ੍ਰੰਥਾਂ ਦੇ ਵਿੱਚ ਕੜੀ ਹੈ। ਇੱਕ ਪਾਸੇ ਦਸਮ ਗ੍ਰੰਥ ਹੈ, ਇੱਕ ਪਾਸੇ ਗੁਰੂ ਗ੍ਰੰਥ ਸਾਹਿਬ। ਜਿਹਨੇ ਇਸ ਨੂੰ ਸਮਝ ਲਿਆ, ਗੁਰੂ ਦਸਮ ਗ੍ਰੰਥ ਪਾਤਸ਼ਾਹ ਦੀ ਬਾਣੀ ਵੀ ਸਮਝ ਆ ਜਾਂਦੀ ਹੈ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੰਦਾ ਛੇਤੀ ਸਮਝ ਜਾਂਦਾ, ਉਹ ਮਤ ਛੇਤੀ ਸਮਝ ਆ ਜਾਂਦਾ। ਸੋ ਪੁਰਾਣੇ ਸਮੇਂ ਦੇ ਵਿੱਚ ਇਹ ਗ੍ਰੰਥਾਂ ਦੀ ਪੜ੍ਹਾਈ, ਨਿਹੰਗ ਸਿੰਘ ਜਿਹੜੇ ਨੇ ਦਸਮ ਗ੍ਰੰਥ ਅਤੇ ਸਰਬ ਲੋਕ ਗ੍ਰੰਥ, ਇਹਨਾਂ ਦੇ ਬੜੇ ਵੱਡੇ ਪਾਠੀ ਹੋਏ ਨੇ, ਇਹਨਾਂ ਦਾ ਪਾਠ ਬੜੀ ਚੰਗੀ ਤਰ੍ਹਾਂ ਕਰਦੇ, ਰਹਿਤ ਮਰਜ਼ਾਦਾ ਦੇ ਵਿੱਚ ਪੱਕੇ ਹੋਏ ਅਤੇ ਖਾਲਸਾ ਰਹਿਤ ਨੂੰ ਬਹੁਤ ਚੰਗੀ ਤਰ੍ਹਾਂ ਮੰਨਦੇ ਨੇ। ਇਹ ਬੌਧੀ ਵਿੱਦਿਆ ਇਹਨਾਂ ਗ੍ਰੰਥਾਂ ਦੀ ਪੜ੍ਹਦੇ ਹਨ। ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਵਸ ਆਪਾਂ ਨੇ ਮਨਾਇਆ ਹੈ। ਸਭ ਤੋਂ ਵੱਡਾ ਦਾਨ, ਸਭ ਤੋਂ ਵੱਡੀਆਂ ਬਖਸ਼ਿਸ਼ਾਂ ਉਹ ਆਪਣੇ ਖਾਲਸੇ ਨੂੰ ਕਰਕੇ ਗਏ ਹੈ। ਭਾਈ ਦਿਆਲ ਲਾਲ ਸੀ ਜਿਹੜਾ ਇਹ ਸੋਢੀਆਂ ਦੇ ਵਿੱਚੋਂ ਸੀ, ਇਹ ਲੰਗਰ ਤਿਆਰ ਕਰਕੇ ਆਇਆ। ਮਹਾਰਾਜ ਨੂੰ ਕਹਿੰਦੇ ਲੰਗਰ ਛਕੋ, ਮਹਾਰਾਜ ਕਹਿੰਦੇ ਤੈਅ ਮਤ ਨਹੀਂ ਛਕਿਆ ਸਾਡੇ, ਅਸੀਂ ਖਾਲਸਾ ਰਹਿਤ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ, ਅਤੇ ਉਹ ਜਿੰਨਾ ਚਿਰ ਤੂੰ ਧਾਰਨ ਨਹੀਂ ਕਰਦਾ ਅਸੀਂ ਤੈਨੂੰ ਲੰਗਰ ਨਹੀਂ ਪਿਆ ਸਕਦਾ। ਜਿਹੜੇ ਗੁਰੂ ਵੰਸ਼ ਦੇ ਸਾਹਿਬਜ਼ਾਦੇ ਸੀ ਬੇਦੀਆਂ ਦੇ ਵਿੱਚੋਂ, ਬਾਬਾ ਕਲਾਧਾਰੀ ਗੁਰੂ ਨਾਨਕ ਸਾਹਿਬ ਜੀ ਵੰਸ਼ ਦੇ ਵਿੱਚੋਂ, ਉਹਨਾਂ ਨੇ ਅਰਦਾਸ ਕੀਤੀ ਹਜ਼ੂਰ ਦੇ ਚਰਨਾਂ ਵਿੱਚ ਕਿ ਮਹਾਰਾਜ ਸਾਡੀ ਵੰਸ਼ ਰੂਪੀ ਹੈ। ਬੇਦੀ ਵੰਸ਼ ਗੁਰੂ ਨਾਨਕ ਸਾਹਿਬ ਦੀ ਆਪਣੀ ਵੰਸ਼ ਹੈ। ਉਹਨਾਂ ਸਾਹਿਬ ਕਲਾਧਾਰੀ, ਬਾਬਾ ਕਲਾਧਾਰੀ ਜੀ ਬੜੇ ਵੱਡੇ ਬ੍ਰਹਮ ਗਿਆਨੀ ਹੋਏ, ਕਹਿੰਦੇ ਮਹਾਰਾਜ ਵੰਸ਼ ਰੂਪੀ। ਅਤੇ ਪੁੱਤਰਾਂ ਦੇ ਦਾਨੀ ਕਹਿਣ ਲੱਗੇ ਵੀ ਬਾਬਾ ਜੀ ਅਸੀਂ ਇਹ ਮਰਜ਼ਾਦਾ ਸ਼ੁਰੂ ਕਰ ਦਿੱਤੀ ਹੈ ਹੁਣ, ਬਈ ਜਿਹੜਾ ਅੰਮ੍ਰਿਤ ਛਕੇਗਾ ਸਾਡੇ ਸਾਡੀ ਖੁਸ਼ੀ ਉਹਨਾਂ 'ਤੇ ਹੋਵੇਗੀ, ਉਹਨਾਂ 'ਤੇ ਹੋਵੇਗੀ। ਕਹਿੰਦੇ ਮਹਾਰਾਜ ਮੈਂ ਤਾਂ ਬਿਰਧ ਹੋ ਗਿਆ ਹਾਂ, ਕਹਿੰਦੇ ਇਹ ਤਾਂ ਮਰਜ਼ਾਦਾ ਹੋਵੇਗੀ। ਅਤੇ ਕਹਿੰਦਾ ਮੈਂ ਚਲੋ ਆਪਣੇ ਪੁੱਤਰ ਨੂੰ ਛਕਾਉਣਾ, ਕਹਿੰਦੇ ਫਿਰ ਤੁਹਾਡੇ ਘਰ ਜੋ ਮੰਗੋ ਵੇ ਆਓ। ਉਹਨਾਂ ਨੇ ਆਪਣੇ ਬੱਚੇ ਨੂੰ ਬਾਬੇ ਅਜੀਤ ਸਿੰਘ ਅੰਮ੍ਰਿਤ ਛਕਾਇਆ, ਫਿਰ ਬਾਬਾ ਸਾਹਿਬ ਸਿੰਘ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ। ਜਦੋਂ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵਿਆਜ ਦਾ ਜਿਹੜਾ ਰਾਜ ਦਾ ਤਿਲਕ ਦਿੱਤਾ ਸੀ। ਸੋ ਗੁਰੂ ਵੰਸ਼ ਦੇ ਸਾਹਿਬਜ਼ਾਦੇ ਨੇ ਜਿਹੜੇ, ਉਹਨਾਂ ਨੂੰ ਵੀ ਖਾਲਸਾ ਪੰਥ ਧਾਰਨ ਕਰਨਾ ਪਿਆ। ਇਹ ਤੋਂ ਆਪਾਂ ਹੋਰ ਪਰੇ ਕੀ ਲੈਣਾ ਵੀ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਖਾਲਸੇ ਦੇ ਅੱਗੇ ਖੜੇ ਹੋ ਗਏ ਵੀ ਖਾਲਸਾ ਜੀ ਮੈਨੂੰ ਵੀ ਖਾਲਸਾ ਬਣਾ ਲਓ, ਉਦੋਂ ਪਰੇ ਕੋਈ ਨਹੀਂ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਲੈਣੀ ਹੈ ਕਿਸੇ ਨੇ, ਤਾਂ ਉਹਦੇ ਖਾਲਸੇ ਦੇ ਜਿਹੜੇ ਅਸੂਲ ਨੇ ਉਹ ਭਾਈ ਧਾਰਨ ਕਰਨੇ ਪੈਣਗੇ। ਭਾਈ ਦਿਆਲ ਦਾਸ ਸੀ ਜਿਹੜਾ, ਦਿਆਲ ਦਾਸ ਸੀ ਜੇ ਸਿੰਘ ਨਹੀਂ ਬਣਿਆ, ਅਤੇ ਲੰਗਰ ਮਹਾਰਾਜ ਨੇ ਜਵਾਬ ਦਿੱਤਾ ਵੀ ਅਸੀਂ ਛਕਣਾ ਨਹੀਂ, ਘੋੜੇ ਗਏ ਪਾਣੀ ਪੀਣ। ਅਤੇ ਉਹ ਕਹਿੰਦੇ ਮਹਾਰਾਜ ਘੋੜੇ ਨੇ ਹਜ਼ੂਰ ਦੇ ਨੇ ਪਾਣੀ ਨਹੀਂ ਪੀਤਾ ਉਹਦੇ ਪਿੰਡ ਦੇ ਛੱਪੜ ਦੇ ਵਿੱਚ। ਸਿੰਘਾਂ ਨੇ ਪੁੱਛਿਆ ਵੀ ਕਿਉਂ, ਕਹਿੰਦੇ ਇੱਥੇ ਨਿਗੋਰੇਪਣੇ ਦੀ ਖੁਸ਼ਬੂ ਆਉਂਦੀ, ਬੁਦਬੋ ਆਉਂਦੀ ਹੈ, ਇਹ ਨਿਗੋਰਾ ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਿਗੋਰੇ ਕਾ ਹੈ ਨਾਓ ਬੁਰਾ, ਨਿਗੋਰੇ ਦਾ ਨਾਮ ਲੈਣਾ ਵੀ ਬੁਰਾ ਜਿਹੜਾ ਕਿਸੇ ਗੁਰੂ ਪੀਰ ਨੂੰ ਧਾਰਨ ਨਹੀਂ ਕੀਤਾ ਜਿਹਨੇ। ਅਤੇ ਉਹ ਲੰਗਰ ਲੈ ਕੇ ਤੁਰ ਪਿਆ ਨਾਲ, ਕਿੰਨੇ ਚਿਰ ਦਾ ਲੰਗਰ, ਕਈ ਦਿਨਾਂ ਦਾ ਲੰਗਰ ਸੀ ਜਿਹੜਾ ਉਹ ਨਾਲ ਲੈ ਕੇ ਤੁਰਦਾ ਗਿਆ। ਉਹਦੇ ਪੁੱਤਰ ਸੀ ਜਿਹੜੇ, ਉਹਨਾਂ ਨੇ ਜਾ ਕੇ ਸੇਵਾ ਮੰਗੀ ਵੀ ਬਾਜਾ ਵਾਲਿਆ ਅਸੀਂ ਗਲਤੀ ਕੀਤੀ ਹੈ, ਸਾਡੇ ਬਜ਼ੁਰਗ ਨੇ ਗਲਤੀ ਕਰਤੀ ਵੀ ਸਾਨੂੰ ਅੰਮ੍ਰਿਤ ਛਕਾਓ।
ਉਹ ਵੀ ਮੰਨ ਗਿਆ ਕਹਿੰਦੇ ਲਿਆਓ ਲੰਗਰ ਤਾਜ਼ਾ ਲੰਗਰ ਇੰਨੇ ਦਿਨਾਂ ਦਾ ਸੀ ਜਿਹੜਾ ਬਾਸੀ ਉਹ ਉਵੇਂ ਦਾ ਉਵੇਂ ਤਾਜ਼ਾ ਨਿਕਲਿਆ ਮਹਾਰਾਜ ਨੇ ਆਪ ਛੱਕਿਆ ਅਤੇ ਸੰਗਤ ਨੂੰ ਛਕਾਇਆ ਇਹ ਵਡਿਆਈ ਹੈ ਬਾਜਾ ਵਾਲੇ ਪਾਤਸ਼ਾਹ ਜੀ ਦੀ ਸੋ ਸਤਿਗੁਰੂ ਮੇਰਾ ਕਰਨ ਇੰਨਾ ਵਰ ਇੰਨੀਆਂ ਖੁਸ਼ੀਆਂ ਦਿੱਤੀਆਂ ਹਨ ਇੰਨਾ ਕੁ ਦਾਨ ਮਹਾਰਾਜ ਨੇ ਲੁਟਾ ਦਿੱਤਾ ਹੈ ਜੇ ਸਾਧ ਸੰਗਤ ਆਪਾਂ ਉਹ ਪ੍ਰਾਪਤ ਨਹੀਂ ਕਰਦੇ ਕਬੀਰ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਜੂਗ ਅੰਧੇ ਏਕ ਨਾ ਲਾਗੇ ਜਿਉਂ ਬਾਸ ਮਜਾਈਏ ਫੂਕ ਸਤਿਗੁਰੂ ਕੀ ਕਰਨ ਸਤਿਗੁਰੂ ਦਾਨ ਦੇਣ ਨੂੰ ਤਿਆਰ ਨੇ ਜੇ ਇਧਰਲੇ ਪਾਸੇ ਜੀ ਫੂਕ ਮਾਰਨ ਤਾਂ ਇਧਰਲੇ ਪਾਸੇ ਜੀ ਨਿਕਲ ਜਾਂਦੀ ਹੈ ਅਤੇ ਸਤਿਗੁਰੂ ਕੀ ਕਰਨ ਜਦੋਂ ਸਤਿਗੁਰੂ ਦਾਨ ਦੇਣ ਦੇ ਲਈ ਤਿਆਰ ਹਾਂ ਸਿੱਖ ਲੈਣ ਦੇ ਲਈ ਤਿਆਰ ਆਪਾਂ ਰਾਜ ਭਾਗ ਮੰਗਦੇ ਹਾਂ ਆਪਾਂ ਖਾਲਸਾ ਪਦ ਮੰਗੀਏ ਜੇ ਜਿਹਨੂੰ ਖਾਲਸਾ ਪਦ ਪ੍ਰਾਪਤ ਹੋ ਗਿਆ ਰਾਜ ਭਾਗ ਉਹਦੇ ਚਰਨਾਂ 'ਚ ਆ ਜਾਂਦਾ ਰਾਜ ਭਾਗ ਕੋਈ ਵੱਡੀ ਗੱਲ ਨਹੀਂ ਹੈ ਇਹ ਤਾਂ ਚਰਨਾਂ 'ਚ ਸਿੱਖੀ ਦੇ ਚਰਨਾਂ ਦੇ ਵਿੱਚ ਪਿਆ ਭਾਈ ਦੀਵਾਰ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਪੜ੍ਹ ਕੇ ਦੇਖੋ ਕਹਿੰਦੇ ਮੈਂ ਅਨੰਦਪੁਰ ਦੀਆਂ ਗਲੀਆਂ ਦੇ ਵਿੱਚ ਇਹ ਉਹ ਕਵੀ ਹਨ ਮਹਾਰਾਜ ਦੇ ਭਾਈ ਨੰਦ ਲਾਲ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੁੱਲ੍ਹ ਕੇ ਦਰਸ਼ਨ ਕੀਤੇ ਜਿਹੜੇ ਬੜੇ ਦਰਖੇਜ਼ ਦਿਮਾਗ ਮਹਾਰਾਜ ਦੇ ਗੁਰਸਿੱਖ ਹੋਏ ਹਨ ਅਤੇ ਕਹਿੰਦੇ ਮੈਂ ਅਨੰਦਪੁਰ ਦੀਆਂ ਗਲੀਆਂ ਦੇ ਵਿੱਚ ਉੱਥੇ ਦੇ ਭਿਖਾਰੀ ਹਨ ਜਿਹੜੇ ਉਹ ਰਾਜ ਭਾਗ ਬਖਸ਼ਦੇ ਦੇਖੇ ਨੇ ਲੋਕਾਂ ਫਕੀਰ ਰਾਜ ਭਾਗ ਬਖਸ਼ਦੇ ਦੇਖੇ ਉਹ ਕੌਣ ਸੀ ਖਾਲਸਾ ਹੀ ਸੀ ਖਾਲਸੇ ਦੇ ਮੂੰਹ ਦੇ ਵਿੱਚੋਂ ਜੋ ਵਚਨ ਨਿਕਲ ਜਾਂਦਾ ਸੀ ਰਾਜ ਭਾਗ ਦਾ ਰਾਜ ਭਾਗ ਮਿਲ ਜਾਂਦਾ ਸੀ ਲੋਕਾਂ ਨੂੰ ਐਡੇ ਵੱਡੇ ਦਾਨ ਖਾਲਸੇ ਨੂੰ ਸਤਿਗੁਰੂ ਜੀ ਨੇ ਦਿੱਤੇ ਸੋ ਇਹੀ ਅਰਦਾਸ ਹੈ ਅੱਜ ਪ੍ਰਕਾਸ਼ ਦਿਹਾੜਾ ਆਪਾਂ ਮਹਾਰਾਜ ਦਾ ਮਨਾ ਰਹੇ ਹਾਂ ਉਸ ਪੁੱਤਰਾਂ ਦੇ ਦਾਨੀ ਨੂੰ ਜਿਹਦੇ ਨਿੱਕੇ ਨਿੱਕੇ ਨੰਨੇ ਨੰਨੇ ਬੱਚਿਆਂ ਨੇ ਧਰਮ ਨਹੀਂ ਛੱਡਿਆ ਵੱਡਿਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਟੁਕੜੇ ਟੁਕੜੇ ਕਰਾ ਗਿਆ ਉਹ ਅਤੇ ਜਿਹੜਾ ਹੈ ਸਾਰਾ ਉਹਨਾਂ ਦਾ ਜੀਵਨ ਹੈ ਜਿਹੜਾ ਮਾਛੀ ਵਾਲਾ ਦਾ ਜੰਗਲ ਪੜ੍ਹ ਕੇ ਦੇਖੋ ਜੰਗਲ ਦਾ ਹਾਲ ਪੜ੍ਹ ਕੇ ਦੇਖੋ ਪੈਰ ਸੁੰਨ ਕਰ ਦਿੱਤੇ ਸਨ ਪੈਰਾਂ ਕੰਡਿਆਂ ਨੇ ਚੀਰ ਦਿੱਤੇ ਸਨ ਗੁਲਾਬੇ ਮਸੰਦ ਨੇ ਕਿਸ਼ਹਿਰਾ ਜਿਹੜਾ ਮਹਾਰਾਜ ਦਾ ਉਹ ਤੱਤੇ ਪਾਣੀ ਨਾਲ ਧੋ ਧੋ ਕੇ ਲਾਇਆ ਸੀ ਖੂਨ ਲੱਗ ਕੇ ਇੰਨਾ ਜ਼ਿਆਦਾ ਚਿੰਬੜ ਗਿਆ ਸੀ ਨਾਲ ਘਰੇੜੇ 'ਤੇ ਚੜ੍ਹ ਕੇ ਉਹਦੇ ਘਰ ਦੇ ਵਿੱਚ ਮਹਾਰਾਜ ਦੇ ਇਹ ਦੁੱਖ ਸਾਡੇ ਖਾਤਰ ਸਹਾਰੇ ਇਹ ਦਾਨ ਫਿਰ ਸਾਨੂੰ ਮਿਲਦਾ ਜੇ ਅਸੀਂ ਉਹਦਾ ਦਾਨ ਸਾਂਭਣਾ ਚਾਹੁੰਦੇ ਹਾਂ ਖੁਸ਼ੀਆਂ ਮਨਾਂ ਨੂੰ ਵੀ ਲੈਣੀਆਂ ਚਾਹੁੰਦੇ ਹਾਂ ਤਾਂ ਸਾਧ ਸੰਗਤ ਉਸ ਗੁਰੂ ਦਾ ਸ਼ੁਕਰ ਉਹਦੀ ਪ੍ਰਸੰਨਤਾ ਇਸੇ ਵਿੱਚ ਹੈ ਉਹਦੇ ਚੱਲੇ ਰਸਤੇ ਦੇ ਉੱਤੇ ਜੇ ਉਹਦੇ ਰਸਤੇ 'ਤੇ ਚੱਲਾਂਗੇ ਉਹ ਕਹਿੰਦਾ ਮੈਂ ਉਹ ਕਹਿੰਦੇ ਨੇ ਮੈਂ ਨਾਲ ਤੁਹਾਡੇ ਤੁਹਾਡੇ ਵਿੱਚ ਵਸੂੰ ਤੁਹਾਡੇ ਨਾਲ ਹੋ ਕੇ ਤੁਰੂ ਸੋ ਸਤਿਗੁਰੂ ਮੇਰਾ ਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਖਾਲਸੇ ਨੂੰ ਏਡਾ ਵੱਡਾ ਪਿਆਰ ਕੀਤਾ ਹੈ ਹਿਰਦੇ ਅੰਦਰ ਵਸਣ ਸਾਡੇ ਅੰਦਰ ਇੰਨਾ ਪਿਆਰ ਇੰਨੀ ਸੂਝ ਇੰਨੀ ਚਮਕ ਸਤਿਗੁਰੂ ਬਖਸ਼ ਦੇਣ ਕਿ ਬਾਜਾ ਵਾਲੇ ਪਿਤਾ ਤੇਰਾ ਬਖਸ਼ਿਆ ਹੋਇਆ ਰਸਤਾ ਸਾਨੂੰ ਪਿਆਰਾ ਲੱਗਣ ਲੱਗ ਗਿਆ ਅਸੀਂ ਸਾਰੇ ਹੀ ਤੇਰੇ ਰਸਤੇ 'ਤੇ ਤੁਰੀਏ ਫੁੱਲਾਂ ਗਲਤੀਆਂ ਦੀ ਖਿਮਾ ਕਰਨੀ ਆਓ ਪਤੇ ਬੁਲਾ ਕੇ ਗੁਰੂ ਪਾਤਸ਼ਾਹ ਤੋਂ ਦਾਨ ਮੰਗੀਏ ਅਤੇ ਤੇਰੀ ਸਮਤ ਤੇਰੇ ਖਾਲਸੇ ਦਾ ਪਿਆਰ ਸਾਨੂੰ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ